ਬੰਦਿਆ ਤੇਰਾ ਬਾਹਰ ਹੋ ਜਾ ਮੇਰੇ ਘਰਾਂ ਚੋਂ ਤੈਨੂੰ ਮੈਂ ਹੁਣ ਦੱਸ ਦਿੱਤਾ ਵਟਵਾਏ ਦਾ ਤੈਨੂੰ ਦੱਸ ਦੋ ਕੀ ਹੁੰਦਾ ਆ ਉਹ ਕਿਸੇ ਕਾਲੀ ਦਾ ਤੂੰ ਹੈ ਨਹੀਂ ਤੇਰਾ ਮੂੰਹ ਨਾ ਤੇਰਾ ਮੱਥਾ ਨਾ ਮੈਂ ਕਿ ਉਦੋਂ ਦੀ ਟੈਨਸ਼ਨ ਚ ਪਈ ਗਿਆ ਤਿੰਨ ਦਿਨ ਹੋ ਗਏ ਮੰਮੀ ਦਾ ਪੈਟ ਵਰਡ ਕਿਹੜਾ ਜਾ ਸਭ ਤੋਂ ਜ਼ਿਆਦਾ ਗਾਲਾਂ ਪੈਂਦੀਆਂ ਵੀਡੀਓਜ਼ ਵਿੱਚ ਮਾਮੇ ਦਾ ਨਾਮ ਲੈਣ ਤੇ ਉਹ ਕਿਉਂ ਉਹ ਦੇਖ ਤੁਸੀਂ ਲੈ ਕੇ ਦੇਖ ਲਓ ਆਪਣੇ ਘਰੇ ਕਿ ਮੰਮੀ ਮਾਮੇ ਨੇ ਇੱਦਾਂ ਕੀਤੀ ਮੰਮੀ ਹਾਂ ਵਾਲਾ ਕੰਮ ਚੱਕ ਲੈਣਾ ਨਾ ਮੈਂ ਜਿੱਦ ਕਰ ਵੀ ਮਾਰੂ ਜਾ ਮੇਰਾ ਭਰਾ ਕੁਛ ਕਿਹਾ ਤਾਂ ਤੈਨੂੰ ਮੈਂ ਦੱਸਦਾ ਨਾ ਮਾਮੇ ਦੀ ਮਾਂ ਦੇ ਗਿਆ ਗਲਤੀ ਦੇਦੀ ਆ ਹੈ ਉਹਨਾਂ ਦਾ ਕਿਦਾਂ ਬਣਿਆ ਆਂਦਾ ਹੈ ਮੰਮੀ ਨਾਲ ਗੱਲ ਕਰਦੇ ਹੋ ਹੱਥ 'ਚ ਫੋਨ ਫੜਿਆ ਹੁੰਦਾ ਮੰਮੀ ਨਹੀਂ ਕਹਿੰਦੀ ਫੋਨ ਤੋਂ ਕੀ ਬਣਾਈ ਜਾਂਦੇ ਹੋ ਆ ਤੁਸੀਂ ਕੀ ਕਰਦੇ ਨੇ ਉਹ ਮੰਮੀ ਤੁਹਾਨੂੰ ਨਹੀਂ ਪਤਾ ਇਹ ਫੋਨ ਜਿੱਦਾਂ ਦਾ ਫੜੀ ਜਾਂਦਾ ਵਾ ਮੂੰਗੀ ਮਸਰਾਂ ਦੀ ਦਾਲ ਸ਼ਕਲ ਹੈ ਤੇਰੀ ਸਾਰੀ ਕੁੜੀ ਦੇ ਨਾ ਫਿਕਰ ਕੱਟ ਕੁੜੀ ਦਾ ਜਾਣੇ ਹੋਣਾ डर लगदा इस चीज आ तेरा बस चले तो तू तो सानू भी कढ़ दे सने पे लाल पीले नहीं लाल पीले ए मैनू पता तेरे भरा दा केड़ी फैमिली प्लान जेड़ा ना प्लान चलदा कुड़ी मिली सी कोई चलो आई सी कुड़ी पर इन्ना है कमले तो सियाना बना के चल गई बेफिकरा सी ਫਿਕਰ ਕਰਨ ਕਰਕੇ ਕਰ ਗਈ ਕਦੀ ਸੋਚਦਾ ਨਹੀਂ ਸੀ ਸੋਚਣ ਜੋਗਾ ਵੀ ਕਰ ਗਈ ਮੈਂ ਤੁਹਾਨੂੰ ਦੱਸਦਾ ਮੁੰਡੇ ਦੀ ਇਹ ਪ੍ਰੋਬਲਮ ਆ ਉਹ ਕਿਸੇ ਮੂਹਰੇ ਰੋ ਨਹੀਂ ਸਕਦਾ ਹਨਾ ਕੁੜੀ ਤਾਂ ਚਲੋ ਉਹਦੀਆਂ ਸਹੇਲੀਆਂ ਹੁੰਦੀਆਂ ਉਹ ਸਾਂਭਦੀਆਂ ਮੁੰਡੇ ਨੂੰ ਕੋਈ ਨਹੀਂ ਸਾਂਭਣ ਵਾਲਾ ਹਨਾ ਮੁੰਡਾ ਇਕੱਲਾ ਬਹਿ ਕੇ ਰੋ ਸਕਦਾ ਜ਼ਿੰਦਗੀ ਚ ਮਾੜਾ ਟਾਈਮ ਵੀ ਦੇਖਿਆ ਉਸ ਤੋਂ ਬਾਅਦ ਇੱਥੇ ਤੱਕ ਪਹੁੰਚਿਆ ਬਹੁਤ ਟਾਈਮ ਹੈ ਮੈਡਮ ਉੱਥੇ ਪਹੁੰਚਿਆ ਇਹ ਤਾਂ ਮਾੜਾ ਟਾਈਮ ਦਾ ਦੇਖਦੇ ਤਾਂ ਹਾਂ ਇੱਥੇ ਨੂੰ ਇਦਾਂ ਦੇ ਦਿਨ ਦੇਖਿਓ ਆ ਨਾ ਮੈਂ ਵਾ ਜੇ ਮੈਂ ਤੁਹਾਨੂੰ ਜੇ ਇੰਟਰਵਿਊ ਚ ਦੱਸਾਂ ਨਾ ਮੇਰੇ ਦੇਖਣ ਵਾਲੇ ਵੀ ਅੱਖਾਂ 'ਚ ਪਾਣੀ ਆ ਜਾਊਗਾ ਇਦਾਂ ਦੇ ਦਿਨ ਦੇਖੇ ਆ ਇਹ ਤੋਂ ਮੰਗ ਕੇ ਦੇਖੋ 10 ਰੁਪਏ ਪਹਿਲਾਂ ਉਹਦੀਆਂ ਅੱਖਾਂ 'ਚ ਦੇਖੋ ਕੀ ਕਹਿੰਦੀਆਂ ਫੇਰ ਪਤਾ ਲੱਗਦਾ ਇਹ ਤਾਂ ਕਰਕੇ ਇਹ ਦੀ ਰੱਬ ਨਾ ਹੀ ਮੰਗਾਵੇ ਕਿਸੇ ਕੋਲ 10 ਰੁਪਏ ਘਰ ਸਾਡੇ ਖਾਣ ਨੂੰ ਰੋਟੀ ਵੀ ਨਹੀਂ ਹੁੰਦੀ ਸੀ ਕਿਸੇ ਟਾਈਮ ਸੁ ਭੁੱਖੇ ਵੀ ਸੌ ਜਾਣਾ ਅਤੇ ਕਿਸੇ ਨੇ ਆ ਕੇ ਬਾਂਹ ਨਹੀਂ ਸੀ ਫੜੀ ਮੈਂ ਸਾਡੇ ਤੋਂ ਸਕੂਲ ਦੀ ਫੀਸ ਨਹੀਂ ਸੀ ਦੇ ਹੁੰਦੀ ਮੈਂ ਅੱਜ ਵੀ ਮੈਨੂੰ ਉਹ ਟਾਈਮ ਚੇਤੇ ਆ ਅਤੇ ਮੇਰੀ ਮਾਂ ਦਰਵਾਜ਼ੇ ਪਿੱਛੇ ਲੁਕ ਜਾਂਦੀ ਹੁੰਦੀ ਸੀ ਅਤੇ ਤੁਸੀਂ ਕਹਿ ਦਿਓ ਕਿ ਹੈ ਨਹੀਂ ਗੇ ਘਰੇ ਕਿ ਪਿੰਡ ਵਾਲੇ ਸਵਾਦ ਲੈਂਦੇ ਆ ਸਵਾਦ ਲੈ ਬਸ ਆਹ ਗੱਲ ਆ ਸਵਾਦ ਲੈਂਦੇ ਆ ਮੈਂ ਫਲੋਰ ਦੇ ਕੋਲ ਹਨਾ ਤੇ ਫਿਰ ਉਹ ਸਰਚ ਤਾਂ ਕਰਦੇ ਹੀ ਹੋਊਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰੀਤ ਕੌਰ ਅੱਜ ਅਸੀਂ ਤੁਹਾਨੂੰ ਦੋ ਭਰਾਵਾਂ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਆਪਣੇ ਸੋਸ਼ਲ ਮੀਡੀਆ 'ਤੇ ਦੇਖਿਆ ਹੀ ਹੋਵੇਗਾ ਅਤੇ ਉਹਨਾਂ ਨੂੰ ਦੇਖ ਕੇ ਜ਼ਰੂਰ ਤੁਸੀਂ ਵੀ ਹੱਸੇ ਹੋਵੋਗੇ ਅਤੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਹਿੰਦੇ ਨੇ ਕਿ ਹਰ ਮਰਦ ਦੇ ਪਿੱਛੇ ਕੋਈ ਔਰਤ ਦਾ ਹੱਥ ਹੁੰਦਾ ਪਰ ਇਹਨਾਂ ਦੋ ਭਰਾਵਾਂ ਦੇ ਪਿੱਛੇ ਇਹਨਾਂ ਦੀ ਮਾਂ ਦਾ ਹੱਥ ਹੈ ਅਤੇ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਇੰਟਰਵਿਊ ਵਿੱਚ ਵੀ ਤੁਸੀਂ ਦੇਖ ਕੇ ਜ਼ਰੂਰ ਤੁਹਾਨੂੰ ਵੀ ਮਜ਼ਾ ਆਏਗਾ ਸਾਡੇ ਨਾਲ ਮੌਜੂਦ ਨੇ ਮਨੀ ਸ਼ੋਕਰ ਅਤੇ ਗੋਪੀ ਸ਼ੋਕਰ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਪਹਿਲੇ ਤਾਂ ਇਹ ਦੱਸੋ ਹੁਣ ਤੁਸੀਂ ਰੀਲਾਂ ਬਣਾਉਂਦੇ ਹੋ ਲੋਕੀ ਤੁਹਾਨੂੰ ਪਸੰਦ ਕਰਦੇ ਆ ਰੀਲਾਂ ਸ਼ੁਰੂ ਕਿੱਦਾਂ ਕੀਤੀਆਂ ਸੀ ਬਣਾਉਣੀਆਂ ਇਹ ਲੰਮਾ ਪੈ ਕੇ ਪੈਸੇ ਮੰਗਣ ਲੱਗ ਪਿਆ ਮੈਂ ਮਗਰੋਂ ਵੀਡੀਓ ਬਣਾ ਲੈਂਦਾ ਮੈਂ ਮੰਮੀ ਨੂੰ ਕਿਹਾ ਮੈਂ ਕਿਹਾ ਦੇ ਮੁੰਡੇ ਨੂੰ 20 ਰੁਪਏ ਤੇ ਵੀਡੀਓ ਇੱਦਾਂ ਹੀ ਵੀਡੀਓ ਨਾਰਮਲ ਇੱਦਾਂ ਹੀ ਬਣਾ ਰਹੇ ਸੀ ਨਾਰਮਲ ਸਭ ਤੋਂ ਪਹਿਲੀ ਵੀਡੀਓ ਸੀ ਹਾਂਜੀ ਉਹ ਪਹਿਲੀ ਸੀਗੀ ਉਹ ਮੈਂ ਪਾ ਦਿੱਤੀ ਉਹ ਵਧੀਆ ਚੱਲੀ 5.5 ਮਿਲੀਅਨ ਇੰਨੀ ਚੱਲੀ ਪਹਿਲੀ ਵੀਡੀਓ ਮਿਲੀਅਨ ਵਿੱਚ ਚੱਲੀ ਗਈ ਸੀ ਤਾਂ ਫਿਰ ਉਸ ਤੋਂ ਹੋਇਆ ਕਿ ਅੱਗੇ ਆਪਾਂ ਹੋਰ ਵੀਡੀਓਜ਼ ਬਣਾਈਏ ਹਾਂਜੀ ਉਸ ਤੋਂ ਬਾਅਦ ਹੋਰ ਵੀਡੀਓ ਬਣਾਉਣੀ ਉਸ ਤੋਂ ਬਾਅਦ ਇੱਕ ਦੋ ਸ਼ੇਅਰ ਬੋਲੇ ਸੀਗੇ ਉਹ ਵਧੀਆ ਚੱਲੇ ਤੇ ਫਿਰ ਵੀਡੀਓ ਪਾਉਣ ਲੱਗ ਪਿਆ
ਤੇ ਫਿਰ ਇਹ ਬਾਬਾ ਜੀ ਦੇ ਦਿਨ ਚੱਲ ਪਏ ਸੀ ਨਾ ਚੇਤ ਦੇ ਹਨਾ ਚੇਤ ਦਾ ਮਹੀਨਾ ਸੀ ਬਾਬਾ ਬਾਲਕ ਨਾਥ ਜੀ ਦਾ ਦਿਨ ਚੱਲਦੇ ਸੀਗੇ ਤੇ ਮੈਂ ਫਿਰ ਉੱਥੇ ਜਾਣਾ ਸੀ ਜਿੱਦਾਂ ਮਤਲਬ ਮੈਂ ਜੋ ਪਿਛਲੀ ਵਾਰੀ ਹੋਇਆ ਸੀ ਮੈਨੂੰ 500 ਰੁਪਈਆ ਦਿੰਦੇ ਸੀਗੇ ਤੇ ਪਿਛਲੀ ਵਾਰ ਤਾਂ ਜਦੋਂ ਤੁਹਾਨੂੰ ਪਤਾ ਲੋਕਡਾਊਨ ਤੋਂ ਬਾਅਦ ਜਦੋਂ ਗਏ ਤਾਂ ਲੰਗਰ ਵੀ ਉੱਥੇ ਬੰਦ ਕੀਤੇ ਸੀਗੇ ਤੇ ਮੈਂ ਕਿਹਾ ਯਾਰ 500 ਨਾ ਪਿਛਲੀ ਵਾਰੀ ਰੋਟ ਖਾ ਕੇ ਟਾਈਮ ਸਾਰਿਆ ਹਨਾ ਮੈਥੋਂ ਐਤਕੀ ਨਹੀਂ ਟਾਈਮ ਸਾਰਨ ਆਏ ਉੱਥੇ ਹਨਾ ਫਿਰ ਉਹ ਵਾਲੀ ਵੀਡੀਓ ਸੀਗੀ ਉਹ ਵੀ ਚੱਲੀ ਵਧੀਆ ਫਿਰ ਮੰਮੀ ਦੀ ਵੀਡੀਓ ਜ਼ਿਆਦਾ ਚੱਲੀ ਸੀ ਕਿ ਜਿਹੜੀ ਉਸ ਤੋਂ ਬਾਅਦ ਦੋ ਸ਼ੇਰ ਵੀ ਪਾਏ ਸੀ ਉਹ ਵੀ ਚੱਲੀ ਸੀ ਮੰਮੀ ਦੀ ਵਧੀਆ ਚੱਲੇ ਫਿਰ ਤਾਂ ਅੱਗੇ ਮੰਮੀ ਨਾਲ ਕੰਟੀਨਿਊ ਕਰਨਾ ਸ਼ੁਰੂ ਕੀਤਾ ਸੀ ਮਾੜੇ ਜਿਦਾਂ ਇੱਕ ਬੰਦਾ ਕਹਿੰਦਾ ਨਾ ਕਿ ਕਿਸੇ ਤੋਂ ਇੰਸਪਾਇਰ ਹੋ ਕੇ ਆਪਾਂ ਸ਼ੁਰੂ ਕੀਤੀ ਸੀ ਤੁਹਾਡੀ ਲਾਈਫ ਚ ਕੋਈ ਸੀਗਾ ਏਦਾਂ ਦਾ ਕਿਹਨੂੰ ਦੇਖ ਕੇ ਤੁਹਾਨੂੰ ਵੀ ਸੀਗਾ ਕਿ ਆਪਾਂ ਵੀ ਸ਼ੁਰੂ ਕਰੀਏ ਨਹੀਂ ਏਦਾਂ ਦਾ ਤਾਂ ਕੁਛ ਆਇਆ ਨੀ ਮਨ ਚ ਇਹ ਸਟੋਰੀਆਂ ਪਾਉਂਦਾ ਹੁੰਦਾ ਸਨੈਪਚੈਟ ਤੇ ਤੇ ਆਪਣੇ ਭਰਾ ਆ ਬਾਹਰ ਆ ਮੁੰਡੇ ਤੇ ਹੈਰੀ ਸ਼ੋਕਰ ਤੇ ਗੋਪੀ ਮੱਲ ਤੇ ਉਹ ਕਹਿੰਦਾ ਤੂੰ ਇਹਨੂੰ ਸੇਵ ਕਰਕੇ ਇੰਸਟਾਗ੍ਰਾਮ ਤੇ ਪਾ ਦਿਆ ਕਰ ਹਨਾ ਵਧੀਆ ਹਾਸੇ ਪਾਉਂਦੇ ਆ ਤੁਸੀਂ ਸਾਡੀ ਵਧੀਆ ਚੱਲ ਪਾਣੀ ਹਨਾ ਤੁਹਾਨੂੰ ਲੋਕ ਦੇਖੂਗੇ ਤੁਹਾਨੂੰ ਜਾਣੂਗੇ ਪਛਾਣੂਗੇ ਹਨਾ ਤੇ ਫਿਰ ਏਦਾਂ ਫਿਰ ਮੈਂ ਪਾਈ ਫਿਰ ਉਹ ਵਧੀਆ ਚੱਲੀ ਉਹਨਾਂ ਨੇ ਵਧੀਆ ਸਾਥ ਦਿੱਤਾ ਲੋਕੀ ਤਾਂ ਹੀ ਪਸੰਦ ਕਰਦੇ ਵੀਡੀਓ ਕਿਉਂਕਿ ਤੁਸੀਂ ਨੈਚੁਰਲ ਪਾਉਂਦੇ ਹੋ ਜੋ ਚੀਜ਼ਾਂ ਘਰ 'ਚ ਹੁੰਦੀਆਂ ਫਿਰ ਤੁਹਾਨੂੰ ਜ਼ਿਆਦਾ ਫੈਮਿਲੀਜ਼ ਜੁੜੀਆਂ ਹੁੰਦੀਆਂ ਤੁਹਾਡੇ ਨਾਲ ਮੈਸੇਜ ਕਰਦੇ ਆ ਲੋਕੀ ਹਾਂਜੀ ਬਹੁਤ ਫੋਨ ਵੀ ਕਰਦੇ ਆ ਮੈਂ ਨੰਬਰ ਵੀ ਪਾਇਆ ਆਪਣਾ ਤੇ ਵਧੀਆ ਪਿਆਰ ਮਿਲਦਾ ਕਿ ਬੰਦਾ ਜੇ ਇੱਕ ਕੋਈ ਉਦਾਸ ਬੈਠਾ ਤੁਹਾਡੀ ਵੀਡੀਓ ਦੇਖ ਕੇ ਹੱਸ ਲੇਗਾ ਉਹ ਹਾਂਜੀ ਹਾਂਜੀ ਮੰਮੀ ਨੂੰ ਪਤਾ ਹੈ ਕਿ ਤੁਸੀਂ ਵੀਡੀਓ ਬਣਾਉਂਦੇ ਹੋ ਮੇਰੀ ਆਵਾਜ਼ ਪਾਉਂਦੇ ਹੋ ਇੰਸਟਾਗ੍ਰਾਮ ਨਹੀਂ ਇਹ ਨਹੀਂ ਪਤਾ ਆਵਾਜ਼ ਪਾਉਂਦੇ ਮੰਮੀ ਨੂੰ ਅੱਧਾ ਪਤਾ ਹੈ ਕਿ ਸ਼ਾਇਦ ਇਹ ਰੀਲਾਂ ਜਿੱਦਾਂ ਗਾਣਿਆਂ ਦੇ ਬਣਾਉਂਦੇ ਆ ਆਪਾਂ ਇਦਾਂ ਕਰ ਲਿਆ ਹਜੇ ਤੱਕ ਨਹੀਂ ਮੰਮੀ ਨੂੰ ਪਤਾ ਹੁਣ ਤਾਂ ਇੰਨੀਆਂ ਵੀਡੀਓ ਪੈ ਗਈਆਂ ਉਹਨਾਂ ਦੀ ਕਿਸੇ ਨੇ ਆ ਕੇ ਘਰੇ ਕਿਹਾ ਨਹੀਂ ਤੇ ਲੋਕੀ ਹੁਣ ਆ ਕੇ ਘਰੇ ਮਿਲਦੇ ਤੁਹਾਨੂੰ ਮਾਮੇ ਕਿਉਂਕਿ ਸਾਡਾ ਘਰ ਹੈਗਾ ਪਿੰਡੋਂ ਥੋੜਾ ਜਿਹਾ ਬਾਹਰ ਤੇ ਰੋਡ ਤੇ ਤਾਂ ਕਰਕੇ ਫਿਰ ਸਭ ਤੋਂ ਜ਼ਿਆਦਾ ਗਾਲਾਂ ਪੈਂਦੀਆਂ ਵੀਡੀਓਜ਼ ਵਿੱਚ ਮਾਮੇ ਦਾ ਨਾਮ ਲੈਣ ਤੇ ਉਹ ਕਿਉਂ ਉਹ ਦੇਖ ਤੁਸੀਂ ਲੈ ਕੇ ਦੇਖ ਲਓ ਆਪਣੇ ਘਰੇ ਕਿ ਮੰਮੀ ਮਾਮੇ ਨੇ ਇੱਦਾਂ ਕੀਤੀ ਮੰਮੀ ਨਾਲ ਵਾਲਾ ਕੰਮ ਚੱਕ ਲੈਣਾ ਹਨਾ ਕਿਉਂਕਿ ਭੈਣਾਂ ਦਾ ਜਿਹੜਾ ਭੈਣ ਭਰਾ ਦਾ ਰਿਸ਼ਤਾ ਹੈ ਪਵਿੱਤਰ ਰਿਸ਼ਤਾ ਆ ਹੱਦ ਤੋਂ ਵੱਧ ਹਨਾ ਤੇ ਭੈਣ ਨੂੰ ਭਰਾ ਦਾ ਆਪਣਾ ਪਿਆਰਾ ਹੁੰਦਾ ਹੀ ਹੁੰਦਾ ਤੇ ਤਾਂ ਕਰਕੇ ਫਿਰ ਉਹੀ ਹੁੰਦਾ ਮਤਲਬ ਇੱਕ ਤੁਸੀਂ ਕਹਿ ਸਕਦੇ ਹੋ ਕਿ ਸਾਡੀ ਮਾਂ ਸਾਨੂੰ ਇੱਥੇ ਤੱਕ ਲੈ ਕੇ ਆਈ ਹੈ ਹਾਂਜੀ ਉਹਨਾਂ ਦੀ ਬਦੌਲਤ ਹੀ ਅੱਜ ਅੱਗੇ ਜਾ ਰਹੇ ਹਾਂਜੀ ਲੋਕੀ ਮਿਲਣ ਆਉਂਦੇ ਅੱਜ ਫਿਰ ਘਰੇ ਹਾਂਜੀ ਬਹੁਤ ਆਉਂਦੇ ਲੋਕ ਮੰਮੀ ਕਹਿੰਦੇ ਨਹੀਂ ਇਹ ਕਿਉਂ ਆ ਰਹੇ ਆ ਉਹਨਾਂ ਨੇ ਦੱਸੀਦਾ ਕਿ ਅਸੀਂ ਇਦਾਂ ਵੀਡੀਓ ਪਾਈ ਦੀ ਹੈ ਤੇ ਅਸੀਂ ਗਾਣਾ ਵੀ ਕੀਤਾ ਪਹਿਲਾਂ ਜਿਹੜਾ ਕੀਤਾ ਸੀਗਾ ਉਹ ਵੀ ਦੱਸਿਆ ਤੇ ਫਿਰ ਇਹ ਵੀ ਤਾਂ ਫਿਰ ਜਿੱਦਾਂ ਮਤਲਬ ਉਹਨਾਂ ਇਹ ਨਹੀਂ ਕਿ ਪਤਾ ਕਿ ਇਹ ਆਹ ਵਾਲੀਆਂ ਵੀਡੀਓ ਪਾਉਂਦੇ ਆ ਗਾਲਾਂ ਪਾਉਂਦੇ ਜਿਹੜੇ ਮੈਂ ਬੋਲਦੀ ਹਾਂ ਉਹ ਪਾਉਂਦੇ ਜਾਂ ਮੇਰੇ ਭਰਾਵਾਂ ਨੂੰ ਬੋਲਦੀ ਆ ਇਹ ਪਾਉਂਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਉਹਨਾਂ ਨੂੰ ਇਹ ਪਤਾ ਕਿ ਇਹ ਆਪਣੇ ਜਿੱਦਾਂ ਮਤਲਬ ਇੱਦਾਂ ਗਾਣਾ ਗੁਣਾ ਲਾ ਕੇ ਵੀਡੀਓ ਪਾਉਂਦੇ ਆ ਮੈਂ ਤੁਹਾਡੀ ਵੀਡੀਓ ਥੱਲੇ ਕਮੈਂਟ ਵੀ ਪੜੇ ਸੀ ਲੋਕਾਂ ਨੇ ਕੀਤਾ ਹੋਇਆ ਸੀ ਕਿ ਸਾਨੂੰ ਵੀ ਆਪਣਾ ਟਾਈਮ ਯਾਦ ਆ ਜਾਂਦਾ ਕਿ ਇੱਦਾਂ ਗਾਲਾਂ ਪੈਂਦੇ ਚਪੇੜਾਂ ਵੀ ਪੈਂਦੀਆਂ ਹੁੰਦੀਆਂ ਸੀ ਬਹੁਤ ਫੋਨ ਆਉਂਦੇ ਉਹ ਕਹਿੰਦੇ ਸਾਨੂੰ ਯਾਦ ਆਉਂਦੀ ਜਿੱਦਾਂ ਪਿੰਡ ਦੀ ਤੁਸੀਂ ਸਾਰਾ ਕੁਛ ਜਾਣੀ ਜਿੱਦਾਂ ਪੁਰਾਣਾ ਹੋ ਗਿਆ ਸਾਰਾ ਕੁਛ ਨਵਾਂ ਕਰ ਦਿੱਤਾ ਸਾਡੇ ਲਈ ਜੋ ਆਪਣਾ ਬੈਕਵਰਡ ਸੀਗਾ ਪੰਜਾਬੀ ਕਲਚਰ ਸੀਗਾ ਸਾਰਾ ਆਪਣਾ ਤੁਸੀਂ ਕਹਿੰਦੇ ਮੂਹਰੇ ਲਿਆ ਕੇ ਰੱਖ ਦਿੱਤਾ ਕਿ ਜੋ ਸਾਡੇ ਪਿਛਲੇ ਸਮੇਂ ਹੁਣ ਸਾਨੂੰ ਇੱਕ UK ਤੋਂ ਫੋਨ ਆਇਆ ਸੀਗਾ ਮੈਨੂੰ ਲੇਡੀਜ਼ ਦਾ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਕਹਿੰਦੇ ਪੁੱਤ ਜਦੋਂ ਮੈਂ ਕਹਿੰਦੀ ਆਪਣੇ ਭਰਾਵਾਂ ਨਾਲ ਜੋ ਵੀ ਅਸੀਂ ਕਹਿੰਦੀ ਫੈਮਿਲੀ 'ਚ ਸੀ ਮੈਨੂੰ ਚੇਤਾ ਆਉਂਦਾ ਕਹਿੰਦੀ ਅੱਖਾਂ ਭਰ ਜਾਂਦੀਆਂ ਕਹਿੰਦੀ ਅਸੀਂ ਵੀ ਇੱਦਾਂ ਹੀ ਖੱਪਖਾਨਾ ਕਰਦੇ ਅੱਜ ਕਹਿੰਦੀ ਕੰਮੀ ਕਾਰੇ ਲੱਗ ਗਏ ਹਾਂ ਸਾਰੇ ਹਨਾ ਟੈਨਸ਼ਨਾਂ 'ਚ ਪੈ ਜਾਂਦਾ ਬੰਦਾ ਬਾਹਰ ਆ ਕੇ ਵੀ ਚਲੋ ਹਨਾ ਤੇ ਤਾਂ ਕਰਕੇ ਆ ਤੇ ਸਾਨੂੰ ਇੱਦਾਂ ਬਹੁਤ ਫੋਨ ਕਰਕੇ ਸਾਨੂੰ ਬਹੁਤ ਵਧੀਆ ਲੱਗਾ ਇੱਦਾਂ ਹੈ ਕਿ ਅਸੀਂ ਹਰੇਕ ਦਾ ਕਾਲ ਅਟੈਂਡ ਕਰਨੀ ਆ ਹਰੇਕ ਦੇ ਮੈਸੇਜ ਦਾ ਜਵਾਬ ਦੇਣਾ ਹੀ ਦੇਣਾ ਹੈ ਤਾਂ ਹੀ ਲੋਕੀ ਹੋਰ ਜ਼ਿਆਦਾ ਤੁਹਾਨੂੰ ਪਸੰਦ ਕਰਦੇ ਆ ਹਾਂਜੀ ਤੁਸੀਂ ਲੋਕਾਂ ਨੂੰ ਹਸਾਉਂਦੇ ਹੋ ਆਪ ਆਪਣੇ ਘਰੇ ਕਿੱਦਾਂ ਰਹਿੰਦੇ ਹੋ ਜੋ ਆ ਵੀਡੀਓ 'ਚ ਆ ਉਹ ਸਾਡਾ ਨੈਚੁਰਲ ਰੂਟੀਨ ਉਹੀ ਚੱਲ ਰਹੀ ਹੈ ਉਹੀ ਹੈ ਉਹ ਤਾਂ ਚਲੋ ਵੀਡੀਓ ਅਸੀਂ ਅੱਜ ਪਾਉਣ ਲੱਗ ਪਏ ਤੇ ਕਰਦੇ ਅਸੀਂ ਪਹਿਲਾਂ ਵੀ ਇੱਦਾਂ ਹੀ ਸੀ ਘਰੇ ਕਿ ਕਿਉਂਕਿ ਸਾਨੂੰ ਮਾਂ ਪਿਓ ਨੇ ਪਹਿਲੇ ਕਿਹਾ ਸੀ ਕਿ ਤੁਸੀਂ ਸਾਨੂੰ ਨਾ ਆਪਣਾ ਦੋਸਤ ਵੀ ਮੰਨੋ ਆਪਣੇ ਮਾਂ ਪਿਓ ਵੀ ਕਿਉਂਕਿ ਇਦੂ ਵੱਡਾ ਕੁਛ ਨਹੀਂ ਮਿਲਣਾ ਜਿੱਦਾਂ ਸਿੱਧੂ ਮੂਸੇ ਵਾਲੇ ਬਾਈ ਜੀ ਨੇ ਕਿਹਾ ਸੀ ਕਿ ਮੇਰੇ ਮਾਂ ਪਿਓ ਮੇਰੇ ਯਾਰ ਦੋਸਤ ਆ ਹਨਾ ਇਦੂ ਮੇਰੇ ਤੋਂ ਕੋਈ ਯਾਰ ਦੋਸਤ ਨਹੀਂ ਮੈਨੂੰ ਵਧੀਆ ਮਿਲਿਆ ਸਾਰੀ ਦੁਨੀਆ ਘੁੰਮ ਕੇ ਦੇਖ ਲਈ ਤੇ ਉਹਨਾਂ ਤੋਂ ਕੁਛ ਸਿੱਖਣ ਨੂੰ ਵੀ ਮਿਲਿਆ ਜਿੱਦਾਂ ਮੈਨੂੰ ਹੁਣ ਅੱਜ ਪਤਾ ਲੱਗ ਰਿਹਾ ਕਿ ਉਹਨਾਂ ਦੀ ਇਕੱਲੀ ਇਕੱਲੀ ਗੱਲ ਕਹੀਓ ਹੋਈ ਸਾਰੀ ਸੱਚ ਆ ਕਿ ਉਦੋਂ ਵੱਡਾ ਯਾਰ ਦੋਸਤ ਕੋਈ ਨਹੀਂ ਹੈਗਾ ਆਪਣੇ ਮਾਂ ਪਿਓ ਤੋਂ ਕਿਉਂਕਿ ਉਹਨਾਂ ਦੇ ਕੋਲ ਆਪਾਂ ਗੱਲ ਸ਼ੇਅਰ ਕਰਾਂਗੇ ਉਹ ਆਪਾਂ ਨੂੰ ਸਹੀ ਰਾਹ 'ਤੇ ਦੱਸੂਗੇ ਕਿ ਆਹ ਨਹੀਂ ਕਰੋ ਅਤੇ ਕੱਲ੍ਹ ਨੂੰ ਵੀ ਚਲੋ ਜੇ ਰੱਬ ਨਾ ਕਰੇ ਬਾਈ ਚਾਂਸ ਕੋਈ ਮਾੜਾ ਕੁਛ ਹੁੰਦਾ ਤਾਂ ਉਹਨਾਂ ਨੂੰ ਵੀ ਜਾ ਕੇ ਦੱਸਣਾ ਉਹ ਕਹਿੰਦੇ ਸਾਨੂੰ ਤੁਸੀਂ ਆਪ
ਐਨ ਫ੍ਰੈਂਡਲੀ ਰਹੋ ਮੰਮੀ ਨਾਲ ਹਰ ਗੱਲ ਸ਼ੇਅਰ ਕਰਦੇ ਹੋ ਹਾਂਜੀ ਇਹ ਨਹੀਂ ਕੀਤੀ ਕਿ ਤੁਹਾਡੀ ਆਵਾਜ਼ ਬੰਨੇ ਉੱਤੇ ਇਹ ਨਹੀਂ ਕੀਤੀ ਉਹਦਾ ਹਰੇ ਗੱਲ ਸ਼ੇਅਰ ਕਰੀਦੀ ਹੈ ਉਹਨਾਂ ਨਾਲ ਤੇ ਪਾਪਾ ਨਾਲ ਕਿਵੇਂ ਦਾ ਰਿਲੇਸ਼ਨ ਹੈ ਉਹਨਾਂ ਨੂੰ ਕਦੀ ਨਹੀਂ ਦੇਖਿਆ ਵੀਡੀਓ ਵਧੀਆ ਇਦਾਂ ਹੀ ਯਾਰੀ ਉਹ ਪੂਰਾ ਸਾਥ ਦਿੰਦੇ ਹੋ ਵੀ ਜਿੱਦਾਂ ਯਾਰੀ ਦੋਸਤੀ ਆ ਉਹਨੂੰ ਵੀ ਪਤਾ ਵੀਡੀਓ ਬੁੜੀ ਨਹੀਂ ਪਤਾ ਉਹਨੂੰ ਹਾਂਜੀ ਸੋਸ਼ਲ ਮੀਡੀਆ ਕੋਈ ਨਹੀਂ ਯੂਜ਼ ਕਰਦਾ ਤੂੰ ਮੱਝ ਨਹੀਂ ਨਹੀਂ ਅੱਛਾ ਉਹ ਡੈਡੀ ਨੂੰ ਤਾਂ ਤੁਸੀਂ ਯਕੀਨ ਮੰਨਿਓ ਫੋਨ ਖਰਾਬ ਹੋਇਆ ਸੀ ਕੱਲ ਮੈਂ ਫੋਨ ਦਿੱਤਾ ਉਹ ਕਹਿੰਦੇ ਆ ਤਾਂ ਲੌਕ ਤਾਂ ਖੋਲਣਾ ਦੱਸ ਕਿਤੋਂ ਖੋਲਣਾ ਮੈਂ ਕਿਹਾ ਡੈਡੀ ਇਦਾਂ ਖੋਲਣਾ ਹੈ ਮਤਲਬ ਵਧੀਆ ਪਿਆਰ ਆ ਹਾਂਜੀ ਬਾਪੂ ਨਾਲ ਯਾਰੀ ਦੋਸਤੀ ਆ ਨੂੰ ਪੂਰੀ ਹੈ ਘੈਂਟ ਗੱਲ ਮੰਮੀ ਦੇ ਸਭ ਤੋਂ ਜ਼ਿਆਦਾ ਕਲੋਜ਼ ਕੋਨੇ ਦੋਵਾਂ ਚ ਦੋਨੇ ਕਲੋਜ਼ ਆ ਚਪੇੜਾ ਕਿੰਨੂੰ ਜ਼ਿਆਦਾ ਪੈਂਦੀਆਂ ਦੋਨਾਂ ਨੇ ਪੈਂਦੀਆਂ ਮੈਂ ਹੁਣ ਇੱਕ ਰੀਸੈਂਟ ਵੀਡੀਓ ਵੀ ਤੁਸੀਂ ਪਾਈ ਹੋਈ ਸੀ ਕੁਝ ਬੋਲਿਆ ਨਾਲ ਹੀ ਥੱਪੜ ਤੁਸੀਂ ਕੁਝ ਬੋਲੇ ਨਾਲ ਹੀ ਥੱਪੜ ਮੈਂ ਮੰਮੀ ਨੂੰ ਵੀ ਦਿਖਾਈ ਉਹ ਵੀਡੀਓ ਉਹ ਵੀ ਬਹੁਤ ਹੱਸੇ ਸੀਗੇ ਕਿਕ ਹੁੰਦਾ ਨਾ ਕਿ ਘਰੇ ਜੋ ਮਾਹੌਲ ਚੱਲ ਰਿਹਾ ਉਹੀ ਤੁਸੀਂ ਵੀਡੀਓਜ਼ ਵਿੱਚ ਪਾ ਰਹੇ ਹੋ ਅਸੀਂ ਕੁਝ ਐਡਿਟ ਨਹੀਂ ਕੁਝ ਇਦਾਂ ਨਹੀਂ ਰੁਕਿਓ ਦੁਬਾਰਾ ਬਣਾਉਂਦੇ ਆ ਫਲਾਣਾ ਯਾਰ ਮੰਮੀ ਨੂੰ ਪਤਾ ਹੀ ਨਹੀਂ ਅਸੀਂ ਮੰਮੀ ਨੂੰ ਕਿਉਂ ਕਹੀਏ ਕਿ ਇਦਾਂ ਦੁਬਾਰਾ ਹਨਾ ਜੋ ਬਣ ਗਿਆ ਉਸੇ ਵੇਲੇ ਪਾ ਤੁਸੀਂ ਦੇਖਿਆ ਵੀ ਉਹਨਾਂ ਵੀਡੀਓ ਦੇ ਵਿੱਚ ਬਾਜਮੁਖ ਸਾਡੀ ਆਹੀ ਚੀਜ਼ ਕੱਲੀ ਆਈ ਹੁੰਦੀ ਹਾਂ ਹਾਂ ਬਾਜਮੁਖ ਇੱਥੋਂ ਆਇਆ ਹੁੰਦਾ ਕੈਮਰਾ ਉਹ ਕਿਉਂਕਿ ਅਸੀਂ ਕਿਉਂਕਿ ਮੰਮੀ ਕੋਲ ਹੁੰਦੇ ਕੋਲ ਸ਼ੋਅ ਪੂਰਾ ਕਰ ਨਹੀਂ ਸਕਦੇ ਇਹ ਚੱਕਰ ਆ ਅੱਗੇ ਕਦੀ ਦਿਖਾਣਾ ਆਪਣੀ ਮੰਮਾ ਨੂੰ ਹਲੇ ਤੱਕ ਕਿਸੇ ਦਾ ਮੈਸੇਜ ਆਇਆ ਨੀ ਜੋ ਸਾਡੇ ਪਿੰਡ ਦਾ ਮਾਹੌਲ ਆ ਤੇ ਉਹਦਾ ਮੈਂ ਹੁਣ ਕੀ ਦੱਸਾਂ ਪਿੰਡ ਲੈ ਕਹਿੰਦੇ ਆ ਆਲੇ ਦੁਆਲੇ ਆਲੇ ਥੋੜੇ ਜੇ ਬਲੌਕ ਕਰਕੇ ਰੱਖਿਆ ਕੰਮ ਅਸੀਂ ਵੀ ਫੇਰ ਇਧਰੋਂ ਖਿੱਚਦਾ ਹੈ ਨਾ ਫੇਰ ਕਹਿ ਦਿੰਦੇ ਆ ਤੁਹਾਨੂੰ ਪੈਸੇ ਕਿੰਨੇ ਕਹਾਉਂਦੇ ਜੇ ਕੋਈ ਟੱਕਰਦਾ ਵੀ ਅਸੀਂ ਕਹਿ ਦਿੰਦੇ 4-5 ਲੱਖ ਆ ਜਾਂਦਾ ਮਹੀਨੇ ਦਾ ਅੱਛਾ ਪਿੰਡ ਚ ਇਦਾਂ ਮਾੜਾ ਜਿਹਾ ਇਦਾਂ ਮੈਂ ਕਿਹਾ ਮਾੜੀ ਤੂੰ ਤੀ ਬੁਲਾ ਕੇ ਰੱਖੀਏ ਪਤਾ ਲੱਗਦਾ ਕਿ ਤੂੰ ਤੀ ਬੋਲਦੀ ਆ ਮੰਮੀ ਤੱਕ ਪਹੁੰਚੀ ਨਹੀਂ ਉਹ ਗੱਲ 4-5 ਲੱਖ ਆ ਜਾਂਦਾ ਨਹੀਂ ਨਹੀਂ ਉਹ ਵੀ ਜਿੱਦਾਂ ਮਤਲਬ ਸਾਡਾ ਤੁਹਾਨੂੰ ਦੱਸਿਆ ਘਰ ਵਾਲਿਆਂ ਨੂੰ ਪਿੰਡ ਦੇਆਂ ਨੂੰ ਮਾੜਾ ਜਿਹਾ ਹੌਸਲਾ ਦੇਈਦਾ ਜਦੋਂ ਇੰਸਟਾਗ੍ਰਾਮ ਤੇ ਰੀਲ ਪਾਈ ਦੀ ਆ ਫਿਰ ਜੋ ਕਹਿੰਦੀ ਆ ਪੈਸੇ ਆਉਂਦੇ ਆ ਜਿਹੜਾ ਜੋ ਕਹਿੰਦਾ ਕਹੀ ਜਾਵੇ ਅਸੀਂ ਆਪਣੇ ਬਸ ਨਜ਼ਾਰੇ ਲੈਣੇ ਆ ਪਾਈ ਜਾਣੇ ਗੱਲ ਮੁੱਕੀ ਉਹ ਵੀ ਖੁਸ਼ ਰਹਿਣਾ ਮਾੜੇ ਚੰਗੇ ਜਿਹੜਾ ਸਾਨੂੰ ਬੋਲਦਾ ਤੇ ਮੇਰੇ ਜਵਾਬ ਬਰਥਡੇ ਲੰਘ ਕੇ ਗਿਆ ਤੇ ਮੇਰੇ ਲਈ ਕੇਕ ਲੈ ਕੇ ਆਏ ਤੇ ਲੇਡੀਜ਼ ਸੀਗੇ ਤੇ ਉਹਨਾਂ ਦੇ ਨਾਲ ਭਰਾ ਸੀਗੇ ਤੇ ਕਾਫੀ ਦੂਰੋਂ ਆਏ ਸੀਗੇ ਤੇ ਉਹਨਾਂ ਨੂੰ ਪਿੰਡ ਛਵੀਲ ਲੱਗੀ ਸੀ ਉੱਥੇ ਉਹਨਾਂ ਨੂੰ ਸਾਡਾ ਪੁੱਛਿਆ ਕਹਿੰਦੇ ਸਾਨੂੰ ਪਤਾ ਨਹੀਂ ਅੱਛਾ ਪਿੰਡ ਦੇ ਨੂੰ ਤੇ ਕਹਿੰਦੇ ਜਾਣ ਕੇ ਕਿਉਂ ਉਹਨਾਂ ਜਾਣ ਕੇ ਕਹਿੰਦੇ ਉਹਨਾਂ ਦਾ ਘਰ ਬਹੁਤ ਦੂਰ ਆ ਉਧਰ ਕਿ ਉੱਥੇ ਤੱਕ ਜਾਣ ਨਾ ਤੇ ਇਦਾਂ ਆ ਉਹ ਫਿਰ ਲੇਡੀਜ਼ ਟੱਪ ਗਏ ਕਹਿੰਦੀ ਜਦ ਮੈਂ ਏਡੀ ਦੂਰੋਂ ਆ ਸਕਦੀ ਆ ਤੇ ਮੈਂ ਉਹਨਾਂ ਦੇ ਘਰੇ ਵੀ ਜਾ ਸਕਦਾ ਬਿਲਕੁਲ ਕਿ ਉਹਨੂੰ ਮਿਲ ਕੇ ਜਾ ਨਾ ਦੱਸ ਹਨਾ ਤੇ ਇੱਕ ਵਾਰੀ ਆਪਣੇ ਲੁਧਿਆਣੇ ਤੋਂ ਆਏ ਸੀਗੇ ਤੇ ਭੈਣ ਉਹ ਅੱਡੇ ਦੇ ਵਿੱਚ ਵਿਚਾਰੀ ਖੜੀ ਰਹੀ ਅੱਛਾ ਉਹਨੂੰ ਵੀ ਨਹੀਂ ਕਿਸੇ ਨੇ ਦੱਸਿਆ ਹਨਾ ਇੰਨੀ ਧੁੱਪ ਸੀਗੀ ਤੁਸੀਂ ਯਕੀਨ ਲੋਕੀ ਸੜਦੇ ਆ ਸੜਦੇ ਆ ਤੇ ਉਹਨੂੰ ਫੇਰ ਜਿੱਦਾਂ ਮਤਲਬ ਆਪਣੇ ਆਉਣਾ ਸੀਗਾ ਕਿਸੇ ਨੇ ਤੇ ਉਹ ਕਦੇ ਉਹਨਾਂ ਨੇ ਕੁਦਰਤੀ ਜਿੱਦਾਂ ਮਤਲਬ ਉਹਨਾਂ ਨੂੰ ਟੱਕਰੇ ਕਿਸੇ ਤਰ੍ਹਾਂ ਹੋ ਗਏ ਉਹ ਫੇਰ ਲੈ ਕੇ ਆਏ ਮੂਹਰੇ ਫੇਰ ਇਹ ਖੜਾ ਸੀ ਉਹ ਕਹਿੰਦੇ ਵੀ ਮੈਂ ਸੱਚੀ ਇੱਥੇ ਘੁੰਮੀ ਜਾਂਦੀ ਹਾਂ ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ ਪਤਾ ਨਹੀਂ ਕੀ ਚੱਕਰ ਨਾ ਅਸੀਂ ਪਿੰਡ ਕਦੀ ਇੰਨੀ ਨੁੱਕੀ ਕਿਸੇ ਨੂੰ ਮਾੜੀ ਕਹੀ ਆ ਹਰੇਕ ਦੇ ਨਾਲ ਖੜੀ ਦਾ ਲੋਕੀ ਜਰਦੇ ਨਹੀਂ ਕਿਸੇ ਨੂੰ ਅੱਗੇ ਵਧਣ ਕੀ ਕਹਿ ਸਕਦੇ ਤੇ ਤੁਸੀਂ ਜਦੋਂ ਲੋਕੀ ਇਦਾਂ ਬੋਲਦੇ ਡਾਊਨ ਹੁੰਦੇ ਹੋ ਉਸ ਟਾਈਮ ਫਿਰ ਮੈਂ ਸੋਚਦਾ ਕਿ ਮੈਂ ਆਪਣੇ ਪਿੰਡ ਵਾਲਿਆਂ ਦਾ ਨਾਂ ਅੱਗੇ ਲੈ ਕੇ ਆਉਣਾ ਮੇਰਾ ਪਿੰਡ ਦਾ ਮੈਂ ਰੱਬ ਤੋਂ ਡਰ ਕੇ ਕਹਿੰਦਾ ਦੋ ਟਾਈਮ ਕਿਸੇ ਨੂੰ ਪਤਾ ਨੀ ਜਦੋਂ ਕਿਸੇ ਨੂੰ ਦੱਸਦਾ ਨਾ ਸਾਰੇ ਕਹਿ ਦਿੰਦੇ ਭਾਜੀ ਕਿੱਥੇ ਆ ਇਹ ਮੈਂ ਕਿਹਾ ਮੇਰਾ ਅੱਟੀ ਪਿੰਡ ਆ ਫਲੋਰ ਦੇ ਕੋਲ ਹਨਾ ਤੇ ਫਿਰ ਉਹ ਸਰਚ ਤਾਂ ਕਰਦੇ ਹੀ ਹੋਊਗੇ ਮੇਰੇ ਪਿੰਡ ਵਾਲਿਆਂ ਨੂੰ ਪ੍ਰਾਊਡ ਹੋਣਾ ਚਾਹੀਦਾ ਕਿ ਸਾਡੇ ਪਿੰਡ ਦਾ ਮੁੰਡਾ ਨਾ ਅੱਗੇ ਲੈ ਕੇ ਆਉਂਦਾ ਕਿਸੇ ਤਰੀਕੇ ਨਾਲ ਲੈ ਕੇ ਆਉਂਦਾ ਲੈ ਕੇ ਤਾਂ ਚੰਗੇ ਕੰਮ ਤੇ ਆਉਂਦਾ ਪਰ ਉਹ ਸੜਦੇ ਆ ਪਰ ਉਹ ਕੋਈ ਸਾਥ ਹੀ ਨਹੀਂ ਦਿੰਦਾ ਫਿਰ ਉਦੋਂ ਹੁੰਦਾ ਕਿ ਜੇ ਪਿੰਡ ਵਾਲੇ ਨਹੀਂ ਸਾਥ ਦੇ ਰਹੇ ਬਾਹਰ ਵਾਲੇ ਲੋਕੀ ਸਾਥ ਦੇ ਰਹੇ ਦੂਰੋਂ ਦੂਰੋਂ ਮਿਲਣ ਆਉਂਦੇ ਨਿਕਲੀ ਇੰਨਾ ਪਿਆਰ ਕਰਦੇ ਆ ਨਾ ਤੁਸੀਂ ਯਕੀਨ ਮੰਨਿਓ ਬਹੁਤ ਪਿਆਰ ਕਰਦੇ ਆ ਕਿਵੇਂ ਦਾ ਲੱਗਦਾ ਉਦੋਂ ਜਦੋਂ ਇੰਨਾ ਅੱਖਾਂ ਭਰਿਆਂ ਦੀਆਂ ਜਦੋਂ ਪਹਿਲੀ ਵਾਰੀ ਮੈਂ ਬਾਹਰ ਜਿੱਦਾਂ ਮਤਲਬ ਤੁਸੀਂ ਜਿੱਦਾਂ ਦੱਸਦੇ ਆ ਮੈਂ ਗਿਆ
ਜਦੋਂ ਆ ਵੀਡੀਓ ਤੋਂ ਬਾਅਦ ਤੇ ਮੇਨਾ ਜਦੋਂ ਫੋਟੋਆਂ ਕਰਾਉਂਦਾ ਸੀ ਮੇਰੀਆਂ ਅੱਖਾਂ ਭਰੇ ਆਈਆਂ ਮੈਂ ਕਿਹਾ ਮੈਂ ਆ ਕਦੀ ਸੋਚਿਆ ਨਹੀਂ ਸੀ ਦੈਨ ਮੇਰੇ ਤੇ ਇਹ ਵਾਲਾ ਆਊਗਾ ਕਦੀ ਨਹੀਂ ਸੀ ਮੈਂ ਇਦਾਂ ਸੋਚਿਆ ਇੱਕ ਮਾਂ ਦੀ ਵੀਡੀਓ ਪਾਣ ਆਵਾਜ਼ ਹੀ ਹੈ ਸ਼ਕਲ ਤਾਂ ਉਹਨਾਂ ਦੀ ਦਿਖਾਈ ਨਹੀਂ ਕਦੇ ਉਹ ਇੱਕ ਕਹਿੰਦੇ ਨਾ ਮਾਂ ਦੀ ਦੁਆਵਾਂ ਹੀ ਬੱਚੇ ਨੂੰ ਅੱਗੇ ਲੈ ਕੇ ਜਾਂਦੀ ਤੇ ਤੁਹਾਡੀ ਉਹ ਤੁਹਾਡੀ ਮੰਮਾ ਦੀ ਆਵਾਜ਼ ਤੁਹਾਨੂੰ ਅੱਗੇ ਲੈ ਕੇ ਜਾ ਰਹੀ ਹੈ ਉਹਨਾਂ ਦੇ ਕਰਕੇ ਜੇ ਵੀਡੀਓ ਵੀ ਨਾ ਪਾਉਂਦੇ ਹੈ ਨਾ ਤੇ ਚਲੋ ਵੀਡੀਓ ਤਾਂ ਹੁਣ ਪਾਉਣ ਲੱਗੇ ਆ ਕਿ ਜੋ ਵੀ ਸਾਡੇ ਮਾਂ ਪਿਓ ਨੇ ਸਾਨੂੰ ਇੱਥੇ ਤੱਕ ਕੀਤਾ ਦੇਖੋ ਜਮਾਉਂਦੇ ਆ ਪਾਲਦੇ ਆ ਪੜ੍ਹਾਉਂਦੇ ਆ ਲਿਖਾਉਂਦੇ ਆ ਐਡਾ ਕਰਦੇ ਆ ਉਹਨਾਂ ਦੇ ਸਿਰ ਤੇ ਹੀ ਆ ਜੋ ਵੀ ਹੈ ਹੁਣ ਗਾਣਾ ਵੀ ਆ ਰਿਹਾ ਕੋਈ ਮਾਂ ਦੇ ਰਿਲੇਟਡ ਹਾਂਜੀ ਮੇਰੀ ਮਾਂ ਆ ਰਿਹਾ ਗਾਣਾ ਕਿਹਨੇ ਲਿਖਿਆ ਉਹ ਗਾਣਾ ਉਹ ਬਾਈ ਇੰਗਲੈਂਡ ਵਿੱਚ ਆ ਇਸ ਬਾਈ ਆ ਹਾਂ ਇਸ ਨਾਂ ਆ ਬਾਈ ਦਾ ਆਪਣਾ ਪ੍ਰੋਡਿਊਸਰ ਆ ਬਾਈ ਮਨੀਸ਼ ਤੇ ਵਧੀਆ ਸਾਥ ਦਿੰਦੇ ਆ ਆਪਣਾ ਕਦੋਂ ਆ ਰਿਹਾ ਗਾਣਾ ਆਪਣਾ ਕੱਲ ਨੂੰ ਆ ਰਿਹਾ ਹੈ ਕੱਲ ਨੂੰ 18 ਤਰੀਕ ਨੂੰ 18 ਤਰੀਕ ਹਾਂਜੀ ਪੂਰਾ ਮੰਮੀ ਨੂੰ ਸੁਣਾਣਾ ਉਹ ਗਾਣਾ ਹਾਂਜੀ ਉਹ ਸੁਣਾ ਮੋਰੇ ਥੋੜੇ ਜਿਹਾ ਇਦਾਂ ਨਗਾ ਕੇ ਫੇਰ ਸੁਣਾਉਣਾ ਅਲੱਗ ਗਾਣਾ ਕਿ ਅੱਗੇ ਤੁਹਾਡੀ ਵੀਡੀਓ ਸਾਰੇ ਉਹ ਮੇਰੇ ਵੀਡੀਓ ਪਾਈ ਉਹ ਉਥੋਂ ਲਗਾ ਕੇ ਮਾੜਾ ਜਿਹਾ ਮੰਮੀ ਨੂੰ ਗਾਣਾ ਸੁਣਾਉਣਾ ਮੈਂ ਪੋਸਟਰ ਵੀ ਦੇਖਿਆ ਸੀ ਗਾਣੇ ਦਾ ਮੰਮੀ ਨੂੰ ਦੱਸਿਆ ਵੀ ਸੀ ਕਿ ਮੰਮਾ ਅਸੀਂ ਇਦਾਂ ਗਾਣੇ 'ਚ ਆਉਣ ਲੱਗੇ ਹਾਂ ਤੇ ਮੰਮੀ ਰੋਣ ਲੱਗ ਪਈ ਤੇ ਕਾਫੀ ਰੋਈ ਮੈਂ ਕੀ ਹੋਇਆ ਕਹਿੰਦੀ ਪੁੱਤ ਮੈਨੂੰ ਹਨਾ ਹੋਰ ਨਹੀਂ ਤੁਸੀਂ ਆਓ ਗਾਣੇ 'ਚ ਮੈਨੂੰ ਕੋਈ ਗੱਲ ਨਹੀਂ ਮੈਨੂੰ ਕਹਿੰਦੀ ਹਨਾ ਡਰ ਲੱਗਦਾ ਇਸ ਚੀਜ਼ ਤੋਂ ਮੈਂ ਕਹਿੰਦੀ ਮੇਰੇ ਦੋ ਪੋਤੇ ਆ ਮੈਂ ਬਹੁਤ ਔਖੇ ਹੋ ਕੇ ਪਾਲੇ ਆ ਤੇ ਬਹੁਤ ਤੰਗੀਆਂ ਕੱਟੀਆਂ ਬਹੁਤ ਸਮਾਂ ਮਾੜਾ ਦੇਖਿਆ ਹਨਾ ਤੇ ਜੇ ਤੁਹਾਨੂੰ ਕੁਛ ਹੋ ਗਿਆ ਕਹਿੰਦੀ ਮੈਂ ਜੀਂਦੀ ਨਹੀਂ ਰਹਿਣਾ ਕਹਿੰਦੀ ਮੈਂ ਜੀਂਦੀ ਨਹੀਂ ਬਚਣਾ ਅੱਜ ਕੱਲ ਦੇ ਹਾਲਾਤਾਂ ਕਰਕੇ ਡਰਦੇ ਅੱਜ ਕੱਲ ਦੇ ਹਾਲਾਤਾਂ ਕਰਕੇ ਮਾਹੌਲ ਬਹੁਤ ਖਰਾਬ ਆ ਤਾਂ ਕਰਕੇ ਉਹ ਇਸ ਗੱਲੋਂ ਰੋਣ ਲੱਗ ਪਏ ਮੈਂ ਉਦੋਂ ਉਹਨਾਂ ਨੂੰ ਫਿਰ ਮੈਂ ਕਿਹਾ ਨਾ ਨਾ ਮਾਂ ਇਹ ਤਾਂ ਉਦਾਂ ਮਾੜਾ ਜਿਹਾ ਇੱਦਾਂ ਆਪਾਂ ਐਡਿਟ ਜਿਹਾ ਕਰਕੇ ਉਦਾਂ ਹੀ ਸ਼ੂਟਿੰਗ ਜਿਹੀ ਸੀ ਕੁਛ ਨਹੀਂ ਐਵੇਂ ਫਿਕਰ ਨਾ ਕਰ ਫਿਰ ਕਹਿੰਦੇ ਮੈਨੂੰ ਸੁਣਾਈ ਗਾਣਾ ਹਾਂ ਉਦਾਂ ਕਹਿੰਦੇ ਸੀ ਮੈਨੂੰ ਜਦੋਂ ਆਇਆ ਮੇਰਾ ਪੁੱਤ ਮੈਨੂੰ ਜ਼ਰੂਰ ਸੁਣਾਈ ਮੈਂ ਕੋਈ ਨਹੀਂ ਮਾਂ ਮੈਂ ਤੈਨੂੰ ਦੱਸ ਕਹਿੰਦੇ ਆ ਕਿ ਬਾਹਰ ਕਦੇ ਜਾਂਦੇ ਆ ਮਾਹੌਲ ਕਰਕੇ ਸਾਰੇ ਬਾਹਰ ਜਾਂਦੇ ਡਰਦੇ ਮਾਂ ਪਿਓ ਉੱਥੇ ਕਿਸੇ ਦਾ ਦਿਲ ਤਾਂ ਕਰਦਾ ਨਹੀਂ ਪਿੰਡ ਛੱਡਣ ਨੂੰ ਜਾਂ ਆਪਣਾ ਦੇਸ਼ ਛੱਡੀ ਤੁਹਾਡਾ ਤਾਂ ਨਹੀਂ ਕੋਈ ਸੀਨ ਅੱਗੋ ਕਿ ਅੱਗੋ ਜਿਵੇਂ ਹੋਰ ਫੇਮ ਮਿਲ ਰਿਹਾ ਪਿੰਡ ਤੇ ਨਹੀਂ ਛੱਡਣਾ ਪਿੰਡ 'ਚ ਹੀ ਰਹਿਣਾ ਪਿੰਡ 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 ਰਹਿਣਗੇ ਇਦਾਂ ਦਾ ਉਹ ਤਾਂ ਆਪਣੇ ਕਿ ਜਿਸ ਮਾਂ ਕਰਕੇ ਫੇਮਸ ਹੋਏ ਉਹਦੇ ਕੋਲ ਹੀ ਰਹਿਣਾ ਉੱਥੇ ਰਹਿਣਾ ਆਪਣੀ ਖੇਤੀ 'ਚ ਰਹਿਣਾ ਜਿੱਥੇ ਆਪਾਂ ਤੇ ਉਹ ਨਾਲ ਨਾਲ ਖੇਤੀ ਵੀ ਕਰਦੇ ਹੋ ਹਾਂਜੀ ਖੇਤੀ ਕਰਦੇ ਦੋਨੋਂ ਹਾਂਜੀ ਦੱਸ ਮੈਂ ਘਰ ਇਹ ਨਹੀਂ ਕਰਦਾ ਦੱਸ ਦੱਸ ਨਹੀਂ ਇਹ ਮਾੜਾ ਮੋਟਾ ਹੀ ਦੋਨਾਂ 'ਚ ਸਭ ਤੋਂ ਜ਼ਿਆਦਾ ਕੰਮ ਕੌਣ ਕਰਦਾ ਘਰੇ ਰੀਲਸ ਤੋਂ ਇਲਾਵਾ ਕਿਹੜਾ ਕੰਮ ਕਰਦੇ ਹੋ ਰੀਲਸ ਤੋਂ ਇਲਾਵਾ ਮੈਂ ਮੰਮੀ ਨਾਲ ਆਪਣੇ 5 ਵਜੇ ਉੱਠਣਾ ਹੈ ਨੇ ਪਹਿਲਾਂ ਇਹ ਨਹੀਂ ਤੂੰ ਸੀ ਧਾਰਾਂ ਚੋਣੀਆਂ ਮੈਂ ਇਹਨੂੰ ਠਾਲਣਾ ਮੈਂ ਧਾਰਾਂ ਚੋਣੀਆਂ ਤੇ ਫਿਰ ਗੋਹਾ ਚੱਕਣਾ ਜੋ ਬੋਲ ਰਿਹਾ ਸੱਚ ਬੋਲ ਰਿਹਾ ਹਾਂਜੀ ਮੈਂ ਸੱਚ ਦੱਸਦਾ ਨਾ ਫਿਰ ਮੈਂ ਇਹਨੂੰ ਤਾਂ ਆਪ ਮੈਂ ਠਾਲਦਾ ਹਾਂ ਨਾ ਉੱਠਗੜ ਪਰਾ ਸਿਰ ਤੇ ਸੂਰਜ ਆ ਗਿਆ ਉੱਠਗੜ ਫਿਰ ਮੈਂ ਗੋਹਾ ਚੱਕਣਾ ਝੂਠ ਨੀ ਬੋਲੀ ਨਹੀਂ ਨਹੀਂ ਮੈਂ ਝੂਠ ਨੀ ਬੋਲੀਦਾ ਯਾਨੀ ਸਾਰਾ ਕੰਮ ਮੈਂ ਆਪ ਕਰਦਾ ਮੈਂ ਇਹਨੂੰ ਕਰਨਾ ਹੀ ਨਹੀਂ ਦਿੰਦਾ ਹੁੰਦਾ ਓਹੋ ਛੋਟੇ ਭਰਾ ਦੀ ਛੋਟਾ ਆ ਮੈਂ ਕਿਉਂਕਿ ਮੈਂ ਦਿਨ ਦੇਖੇ ਮੈਂ ਚਾਹੁੰਦਾ ਇਹ ਨਾ ਦੇਖੇ ਇਹ ਥੋੜੇ ਚੱਲ ਮੈਂ ਕੰਮ ਕਰਦਾ ਕੋਈ ਗੱਲ ਨੀ ਕਰ ਲਵੇ ਐਸ਼ ਵੀ ਕੰਮੇ ਹੀ ਕਰਨਾ ਜਦੋਂ ਬਾਹਰ ਅੰਦਰ ਚਲੇ ਗਏ ਜ਼ਿੰਦਗੀ ਚ ਮਾੜਾ ਟਾਈਮ ਵੀ ਦੇਖਿਆ ਉਸ ਤੋਂ ਬਾਅਦ ਇੱਥੇ ਤੱਕ ਪਹੁੰਚੇ ਬਹੁਤ ਟਾਈਮ ਹੈ ਬਹੁਤ ਇਹ ਤਾਂ ਮਾੜਾ ਟਾਈਮ ਨਾ ਦੇਖਦੇ ਅੱਜ ਤਾਂ ਇੱਥੇ ਨਾ ਹੁੰਦੇ ਇਹ ਤਾਂ ਚਲੋ ਉਦੋਂ ਛੋਟਾ ਸੀ ਤੇ ਮੈਂ ਕੁਝ ਕੁ ਗੱਲਾਂ ਵੀ ਜਦੋਂ ਥੋੜੀ ਜਿਹੀ ਸੌਰਤ ਵੀ ਸੀਗੀ ਮੈਨੂੰ ਹਨਾ ਤੇ ਹੁਣ ਮੰਮੀ ਸਾਡੀ ਸਾਨੂੰ ਸਾਰੀਆਂ ਗੱਲਾਂ ਦੱਸਦੀ ਹੁੰਦੀ ਜਦੋਂ ਅਸੀਂ ਬੈਠੇ ਹੁੰਦੇ ਹਾਂ ਹਨਾ ਤੇ ਇੱਦਾਂ ਦੇ ਦਿਨ ਦੇਖਿਓ ਆ ਨਾ ਮੈਂ ਜੇ ਮੈਂ ਤੁਹਾਨੂੰ ਜੇ ਇੰਟਰਵਿਊ 'ਚ ਦੱਸਾਂ ਨਾ ਮੇਰੇ ਦੇਖਣ ਵਾਲੇ ਵੀ ਅੱਖਾਂ 'ਚੋਂ ਪਾਣੀ ਆ ਜੂਗਾ ਇੱਦਾਂ ਦੇ ਦਿਨ ਦੇਖੇ ਆ ਪਰ ਅੱਜ ਤੁਸੀਂ ਲੋਕਾਂ ਨੂੰ ਹਸਾਉਂਦੇ ਹੋ ਵੀਡੀਓਸ ਹਾਂਜੀ ਬਸ ਇੰਨਾ ਹੈ ਕਿ ਸਾਰੇ ਖੁਸ਼ ਰਹਿਣ ਵਧੀਆ ਸੀਗਾ ਮੰਮੀ ਦਾ ਪੈਟ ਵਰਡ ਕਿਹੜਾ ਕੁੱਤੇ ਦਾ ਨੇ ਪੈਟ ਵਰਡ ਪੰਜਾਬੀ ਹਾਂ ਮਤਲਬ ਮੰਮੀ ਸਭ ਤੋਂ ਜ਼ਿਆਦਾ ਵਰਡ ਕਿਹੜਾ ਯੂਜ਼ ਕਰਦੇ ਆ ਵੀਡੀਓਜ਼ ਵਿੱਚ ਸੁਧਰ ਜੋ ਜਿਸ ਦਿਨ ਮੰਮੀ ਨੂੰ ਪਤਾ ਲੱਗ ਗਿਆ ਆ ਗਿਆ ਕਰ ਵਿਆਹ ਦਾ ਨਾ ਗਿਆ ਕਰ ਵਿਆਹ ਕੇ ਦੋ ਨਾ ਉਹਨੇ ਮੰਮੀ ਕਹਿੰਦੀ ਨੇ ਹੁਣ ਵਿਆਹ ਕੇ ਨਾਲ ਉਹ ਵੱਡਾ ਸਭ ਤੋਂ ਇਹਦਾ ਕਰਾਂਗੇ ਪਹਿਲਾਂ ਹਾਂ ਨਹੀਂ ਮੇਰਾ ਉਦਾਂ ਹੀ ਇਹਦਾ ਕਰਾਂਗੇ ਕਦੋਂ ਵਿਆਹ ਕਰਾ ਰਿਹਾ ਗੋਪੀ ਜਦੋਂ ਕੁੜੀ ਮਿਲ ਗਈ ਕੋਈ ਚੰਗੀ ਜੀ ਕੁੜੀ ਮਿਲੀ ਸੀ ਕੋਈ ਕੁੜੀ ਆੜੀ ਦਾ ਸਮਾਂ ਵੀ ਛੱਡੋ ਚਲੋ ਦੱਸੋ ਮੈਂ ਹੀ ਕੋਈ ਤਾਂ ਕੁੜੀ ਲਾਈਫ ਚ ਸੀ ਗੋਪੀ ਇੰਨੀ ਸਿਆਣੀਆਂ ਗੱਲਾਂ ਕਰਦਾ ਮਨੀ ਨੀ ਮਨੀ ਵੀ ਠੀਕ ਹੈ ਮਨੀ ਤਾਂ ਘਰ ਦਾ ਕੰਮ ਵੀ ਨਹੀਂ ਕਰਦਾ ਸਭ ਤੋਂ ਜ਼ਿਆਦਾ ਕੰਮ ਉਹ ਕਰਦਾ ਕੀ ਸੀਨ ਹੈ ਗੋਪੀ ਦੀ ਲਾਈਫ ਦਾ ਚਲੋ ਆਈ ਸੀ ਕੁੜੀ ਪਰ ਇੰਨਾ ਆ ਕਮਲੇ ਤੋਂ ਸਿਆਣਾ ਬਣਾ ਕੇ ਚੱਲ ਗਈ ਬੇਫਿਕਰਾ ਸੀ ਫਿਕਰ ਕਰਨ ਕਰਕੇ ਕਰ ਗਈ ਕਦੀ ਸੋਚਦਾ ਨਹੀਂ ਸੀ ਸੋਚਣ ਜੋਗਾ ਵੀ ਕਰ ਗਈ ਹੈ ਨਾ
ਜੋ ਵੀ ਕਰਕੇ ਵਧੀਆ ਕਰ ਵਧੀਆ ਕਰ ਗਏ ਨਾ ਕਰਕੇ ਜਾਂਦਾ ਕੋਈ ਇੱਥੇ ਨਹੀਂ ਹੋਣਾ ਸੀ ਇਮੋਸ਼ਨਲ ਹੋ ਗਏ ਚੰਗਾ ਹੀ ਕਰ ਗਏ ਜੋ ਕੀਤਾ ਯਾ ਕੁਝ ਸਿਖਾਇਆ ਉਹਨੇ ਲਾਈਫ 'ਚ ਬਹੁਤ ਕੁਝ ਸਿਖਾਤਾ ਕੱਲਾ ਰਾਤਾਂ ਨੂੰ ਰਹਿਣਾ ਆਪਣੇ ਮਾਪੇ ਦਾ ਹੱਥ ਹੁੰਦਾ ਆਪਣੇ ਤੇ ਜ਼ਿੰਦਗੀ 'ਚ ਬਣਨੇ ਦਾ ਇੱਕ ਮਾੜੇ ਟਾਈਮ ਦਾ ਵੀ ਬਹੁਤ ਵੱਡਾ ਹੱਥ ਬਹੁਤ ਵੱਡਾ ਤੇ ਸਾਡੇ ਮਾੜੇ ਟਾਈਮ ਦਾ ਵੀ ਬਹੁਤ ਵੱਡਾ ਹੱਥ ਹੈ ਸਾਨੂੰ ਇੱਥੇ ਤੀਨੇ ਹੋਣ ਦਾ ਮਾਂ ਤੁਹਾਡੇ ਨਾਲ ਤੁਹਾਨੂੰ ਹੋਰ ਕੀ ਚਾਹੀਦਾ ਕੁਝ ਵੀ ਨਹੀਂ ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਹਾਂ ਸਾਡੀ ਵੀਡੀਓ ਦੇਖਦੇ ਆ ਜਿੰਨੇ ਵੀ ਕਿ ਆਪਣੇ ਮਾਪੇ ਦਾ ਖਿਆਲ ਰੱਖੋ ਕੁਝ ਨਹੀਂ ਇੱਥੇ ਰੱਖਿਆ ਕੋਈ ਕਹਿ ਦੂ ਮੈਂ ਤੇਰੇ ਕੁਝ ਨਹੀਂ ਹੈਗਾ ਮੈਂ ਮੈਂ ਤੇਰੇ ਕੁਝ ਨਹੀਂ ਹੋ ਗਿਆ ਫਲਾਨਾ ਹੋ ਗਿਆ ਅੱਦਾਂ ਕੁਝ ਨਹੀਂ ਇੱਥੇ ਰੱਖਿਆ ਜੋ ਆਪਣੇ ਮਾਪੇ ਆ ਹਨਾ ਉਹ ਕਿਸੇ ਨੇ ਨਹੀਂ ਬਣ ਜਾਣਾ ਚਾਹੇ ਲੱਖ ਹੋਵੇ ਕੋਈ ਨਹੀਂ ਬਣ ਜਾਂਦਾ ਜੋ ਮਾਪੇ ਬਣਦਾ ਦਿਲ ਟੁੱਟਿਆ ਸੀ ਟੁੱਟਿਆ ਹੀ ਆ ਮੈਂ ਤੇ ਹੁਣ ਜੁੜ ਗਿਆ ਨਾ ਕਦੋਂ ਜੁੜਨਾ ਹੈ ਕੀ ਪਤਾ ਸ਼ਾਇਦ ਕੋਈ ਮੇਰੇ ਵਰਗਾ ਹੋਊਗਾ ਝੱਲਾ ਜਿਹਾ ਬੇਫਿਕਰਾ ਜਿਹਾ ਸਿੱਧ ਸਾਫ਼ ਮੈਂ ਤਾਂ ਚੱਲ ਆਪਣੇ ਆਪ ਨੂੰ ਤਾਂ ਬੰਦਾ ਕਹਿਣਾ ਸਾਫ਼ ਜਿਹਾ ਦਿਲ ਦਾ ਹੋਊਗਾ ਤੇ ਉਹ ਜੋੜ ਲੂਗਾ ਨਹੀਂ ਤਾਂ ਮੇਰੇ ਹਿਸਾਬ ਨਾਲ ਜੋੜਨਾ ਨਹੀਂ ਤੇ ਮੰਮੀ ਨੂੰ ਪਤਾ ਇਸ ਬਾਰੇ ਕਿ ਕੁਛ ਹੋਇਆ ਸੀ ਪਿੱਛੇ ਦੇ ਨਹੀਂ ਉਹਨਾਂ ਨੂੰ ਇਦਾਂ ਸੀ ਜਦੋਂ ਮੈਂ ਜਿੱਦਾਂ ਮਤਲਬ ਡਿਪਰੈਸ਼ਨ ਜਿਹੇ 'ਚ ਚੱਲ ਗਿਆ ਸੀਗਾ ਤੇ ਆਹ ਲੋਕਡਾਊਨ ਤੋਂ ਪਹਿਲਾਂ ਤੇ ਯਕਦਮ ਹੀ ਜਿੱਦਾਂ ਝਟਕਾ ਜਿਹਾ ਮੈਨੂੰ ਲੱਗ ਗਿਆ ਤੇ ਮੈਂ ਸੁੱਕ ਕੇ ਕਾਨੇ ਵਰਗਾ ਹੋ ਗਿਆ ਸੀ ਐਨ ਪਤਲਾ ਜਿਹਾ ਤੇ ਮੇਰਾ ਮੂੰਹ ਵੀ ਵਿੱਚ ਐਨ ਬਾਂ ਬੂਹਾਂ ਵੀ ਤੇ ਉਹ ਮੈਨੂੰ ਵੀ ਨਹੀਂ ਪਤਾ ਲੱਗਾ ਮੈਂ ਰੋਟੀ ਰੋਟੀ ਸਾਰੀ ਰਾਤ ਰੋਈ ਜਾਣਾ ਸੋਚੀ ਜਾਣਾ ਮੈਨੂੰ ਮੇਰੇ ਸੰਧੂ ਭਰਾ ਨੇ ਕਿਹਾ ਕਹਿੰਦਾ ਉੱਪੀ ਹੋ ਰਿਹਾ ਮੈਂ ਕਿਹਾ ਹਾਂ ਕਹਿੰਦਾ ਆਪਣਾ ਝੱਗਾ ਤਾਂ ਚੱਕੀ ਮੈਂ ਜਦੋਂ ਇੱਦਾਂ ਚੱਕਿਆ ਤੇ ਉਹ ਕਹਿੰਦਾ ਤੈਨੂੰ ਕੀ ਹੋ ਗਿਆ ਓਏ ਮੈਂ ਕੀ ਹੋਇਆ ਕਹਿੰਦਾ ਬਾਬੇ ਮਾੜਾ ਜਿਹਾ ਦੇਖਤਾ ਤੈਨੂੰ ਹੋਇਆ ਕੀ ਮੈਂ ਕਿਹਾ ਆਹੋ ਯਾਰ ਹੈਨਾ ਜਿੱਦਾਂ ਮਤਲਬ ਕਹਿੰਦਾ ਸੌਰਤ ਚੋ ਫਿਰ ਮੈਂ ਕਿਹਾ ਆਹੋ ਯਾਰ ਹੈਨਾ ਫਿਰ ਮੈਂ ਕਹਿੰਦਾ ਕੋਈ ਗੱਲ ਆ ਮੈਨੂੰ ਦੱਸ ਮੈਨੂੰ ਕੀ ਚੱਕਰ ਕੀ ਆ ਫਿਰ ਮੈਂ ਉਹਦੇ ਕੋਲ ਆਪਣੀ ਸਾਰੀ ਗੱਲ ਸ਼ੇਅਰ ਕੀਤੀ ਮਨ ਹੌਲਾ ਕੀਤਾ ਇਕੱਲਾ ਮੁੰਡਾ ਮੈਂ ਤੁਹਾਨੂੰ ਦੱਸਦਾ ਮੁੰਡੇ ਦੀ ਇਹ ਪ੍ਰੋਬਲਮ ਆ ਉਹ ਕਿਸੇ ਮੂਹਰੇ ਰੋ ਨਹੀਂ ਸਕਦਾ ਹੈਨਾ ਕੁੜੀ ਤਾਂ ਚਲੋ ਉਹਦੀਆਂ ਸਹੇਲੀਆਂ ਹੁੰਦੀਆਂ ਉਹਨੂੰ ਸਾਂਭਦੀਆਂ ਮੁੰਡੇ ਨੂੰ ਕੋਈ ਨਹੀਂ ਸਾਂਭਣ ਵਾਲਾ ਹੈਨਾ ਮੁੰਡਾ ਇਕੱਲਾ ਬਹਿ ਕੇ ਰੋ ਸਕਦਾ ਤੇ ਫਿਰ ਮੈਂ ਆਪਣੇ ਉਹ ਭਰਾ ਦੇ ਕੋਲ ਜਿੱਦਾਂ ਦੁੱਖ ਸਾਂਝਾ ਕੀਤਾ ਰੋਇਆ ਵੀ ਮੈਂ ਤੇ ਫਿਰ ਉਹਨੇ ਮੈਨੂੰ ਕਿਹਾ ਕਹਿੰਦਾ ਯਾਰ ਥੋੜ੍ਹਾ ਜਿਹਾ ਸੰਭਲ ਮੇਰੇ ਤੋਂ ਸੰਭਲ ਨਹੀਂ ਸੀ ਹੁੰਦਾ ਫਿਰ ਮੈਂ ਇੱਦਾਂ ਹੀ ਬੈਠਾ ਇਹਦੇ ਮੂੰਹ ਮੈਂ ਜਿੱਦਾਂ ਹਵੇਲੀ ਮੈਂ ਕੰਮ ਕਰਕੇ ਬੈਠਾ ਤੇ ਇਹਦੇ ਮੂੰਹ ਮੈਂ ਨਾ ਦੋਈ ਜਣੇ ਖੜੇ ਕੋਲ ਤੇ ਮੰਮੀ ਮੇਰੀ ਇਹਨੂੰ ਮੈਂ ਸੁਣ ਲਿਆ ਕਹਿੰਦੇ ਕਿ ਗੋਪੀ ਕੋਈ ਨਸ਼ੇ ਨੁਸ਼ੇ ਤਾਂ ਨਹੀਂ ਖਾਣ ਲੱਗ ਪਿਆ ਜੇ ਪਹਿਲਾਂ ਤਾਂ ਬਹੁਤ ਸੋਹਣਾ ਸੀ ਤੇ ਹੁਣ ਇਹਦਾ ਕੀ ਬਣੀ ਜਾਂਦਾ ਦਿਨੋਂ ਦਿਨ ਹੈ ਨਾ ਤੇ ਇਹ ਕਹਿੰਦਾ ਨਹੀਂ ਨਹੀਂ ਮਾਮਾ ਤੈਨੂੰ ਪਤਾ ਹੀ ਆ ਆਪਣੇ ਕਿੱਥੇ ਇੱਦਾਂ ਨਾ ਗੋਪੀ ਤੇ ਫਿਰ ਮੰਮੀ ਨੇ ਮੇਰੀ ਨੇ ਅੱਖਾਂ ਭਰ ਲਈਆਂ ਦਾ ਨਾ ਮੇਰੇ ਸੀਨ ਆ ਗਿਆ ਜੋ ਮੇਰੇ ਛੋਟੇ ਹੁੰਦੇ ਨੇ ਮੇਰੀ ਮਾਂ ਨੇ ਜੋ ਮੇਰੇ ਲਈ ਕੀਤਾ ਉਹ ਮੇਰੀਆਂ ਅੱਖਾਂ ਮੋਹਰੇ ਆ ਗਿਆ ਕਿਉਂਕਿ ਮੈਂ ਸਾਰਾ ਕੁਛ ਦੇਖਿਆ ਹਨਾ ਅੱਖੀ ਦੇਖਿਆ ਮੇਰੇ ਅੱਖਾਂ ਮੋਹਰੇ ਆ ਗਿਆ ਫਿਰ ਮੈਂ ਜਿੱਦਾਂ ਕਹਿੰਦੇ ਹੁੰਦੇ ਨਾ ਬੰਦੇ ਦੇ ਮਨ 'ਚ ਗੱਲ ਬਹਿ ਜਾਂਦੀ ਹੈ ਫਿਰ ਮੈਂ ਕਿਹਾ ਛੱਡ ਯਾਰ ਮੈਂ ਕਿਹਾ ਯਾਰ ਤੇਰੀ ਮਾਂ ਆ ਯਾਰ ਤੂੰ ਉਹਦੇ ਬਾਰੇ ਸੋਚ ਨਾ ਤੂੰ ਜਿਹੜੀ ਉਹ ਤੈਨੂੰ ਛੱਡ ਇੱਕ ਵਾਰੀ ਵੀ ਨਹੀਂ ਪੁੱਛਿਆ ਕਿ ਤੂੰ ਜੀਂਦਾ ਆ ਕਿ ਮਰ ਗਿਆ ਮਗਰ ਫੋਨ ਕਰਕੇ ਕਿ ਇੱਕਦਮ ਹੀ ਕਹਿਤਾ ਕਿ ਨਹੀਂ ਆਪਾਂ ਨਾ ਖਤਮ ਆ ਸਾਰਾ ਕੁਛ ਉਹਦੇ ਲਈ ਤੂੰ ਕੀ ਰੋਣਾ ਹੈ ਨਾ ਬਣ ਕੁਛ ਆਪਣੀ ਮਾਂ ਲਈ ਬਣ ਫਿਰ ਮੈਂ ਆਪਣੇ ਆਪ ਨੂੰ ਜਿੰਮ ਲਾਇਆ ਫਿਰ ਮੈਂ ਬਣਿਆ ਫਿਰ ਮੈਂ ਬਣ ਕੇ ਦਿਖਾਇਆ ਕਹਿੰਦੇ ਆ ਨਾ ਕਿ ਮਾਂ ਬਿਨਾਂ ਬੱਚੇ ਦੇ ਬਿਨਾਂ ਦੱਸੇ ਵੀ ਸਮਝ ਜਾਂਦੀ ਹੈ ਕਿਉਂਕਿ ਇਸ ਸਿਚੁਏਸ਼ਨ ਕਿਸ ਹਾਲਾਤ ਵਿੱਚ ਹੈ ਸਹੀ ਗੱਲ ਹੈ ਤਾਂ ਮਾਂ ਉਸ ਟਾਈਮ ਤੁਹਾਡੀ ਮਾਂ ਨੇ ਨਹੀਂ ਕਦੇ ਸਾਥ ਛੱਡਣਾ ਕਿਸੇ ਭਾਵੇਂ ਕੁੱਟ ਲਏ ਮਾਰ ਲਏ ਗਾਲਾਂ ਕੱਢ ਲਏ ਗੱਲ ਮੈਂ ਸਾਰਿਆਂ ਨੂੰ ਕਹਿੰਦਾ ਕਿ ਜੇ ਕੋਈ ਗੱਲ ਹੈ ਆਪਣੇ ਮਾਂ ਪੇ ਨਾਲ ਸ਼ੇਅਰ ਕਰੋ ਕਿਸੇ ਨਾ ਹੋਰ ਨਾਲ ਸ਼ੇਅਰ ਕਰੋ ਜੋ ਮਾਂ ਪੇ ਨੇ ਸਾਥ ਦੇਣਾ ਹੋਰ ਕਿਸੇ ਨੇ ਹੁਣ ਦੇਖੋ ਮੈਂ ਤੁਹਾਨੂੰ ਦੱਸਦਾ ਜੇ ਨਿਆਣਾ ਵਿਗੜਦਾ ਉਹਦਾ ਵੀ ਮਾਂ ਨੂੰ ਦੋਸ਼ ਹਨਾ ਸਾਰਾ ਕੁਝ ਮਾਂ ਨੂੰ ਕਹਿ ਦਿੰਦੇ ਆ ਕੀ ਗੱਲ ਯਾਰ ਮਾਂ ਗੱਲਾਂ ਸੁਣਨੀ ਆ ਹਨਾ ਉਹ ਨਿਆਣੇ ਨੂੰ ਇੱਥੋਂ ਇੱਥੇ ਯਾਰ ਵਿਗੜਦਾ ਮਾਂ ਦਾ ਕੀ ਕਸੂਰ ਆ ਹਨਾ ਕਹਿ ਦਿੰਦੇ ਆ ਤੇਰਾ ਮੁੰਡਾ ਤਾਂ ਇੱਦਾਂ ਹੈ ਤੇਰਾ ਮੁੰਡਾ ਤਾਂ ਉੱਦਾਂ ਹੈ ਮਾਂ ਦਾ ਕੋਈ ਘੇਰ ਦਿਲ ਕਰਦਾ ਹੁੰਦਾ ਕਿ ਮੇਰਾ ਮੁੰਡਾ ਇੱਦਾਂ ਹੋਵੇ ਹਨਾ ਮਾਂ ਤਾਂ ਆਪਣੇ ਵੱਲੋਂ ਚੰਗਾ ਹੀ ਬਣਾਉਂਦੀ ਬੱਚੇ ਚੰਗਾ ਹੀ ਬਣਾਉਂਦੀ ਹੈ ਚੰਗਾ ਹੀ ਕਹਿ ਦਿੰਦੇ ਮਾੜਾ ਚੰਗਾ ਤਾਂ ਕੋਈ ਕਹਿੰਦੇ ਨਹੀਂ ਸਾਰੇ ਮਾੜਾ ਹੀ ਕਹਿੰਦੇ ਮੈਂ ਤਾਂ ਇਹ ਕਹਿੰਦਾ ਜਿੰਨੇ ਵੀ ਮੇਰੇ ਭਰਾ ਆ ਨਾ ਨਸ਼ੇ ਪੱਤੇ ਨੂੰ ਕੋਈ ਵੀ ਹੱਥ ਨਾ ਲਾਇਓ ਸਿਰਫ ਆਪਣੇ ਮਾਂ ਪੇ ਵੱਲ ਦੇਖ ਲਿਓ ਜੋ ਵੀ ਆ ਉਹਨਾਂ ਨੂੰ ਬਲੇਮ ਮਿਲਦਾ ਉਹਨਾਂ ਨੂੰ ਕੋਈ ਮਾੜਾ ਨਹੀਂ ਕਹਿੰਦਾ ਉਹਨਾਂ ਨੂੰ ਜਾ ਕੇ ਕਹਿੰਦੇ ਆ ਸਾਰੇ ਕਿ ਇੱਦਾਂ ਆ ਤੂੰ ਤੇਰਾ ਮੁੰਡਾ ਇੱਦਾਂ ਫਿਰ ਉਹ ਮਾਂ ਨਹੀਂ ਰੋਂਦੀ ਮਾਂ ਦਾ ਢਿੱਡ ਰੋਂਦਾ ਇਹ ਹੈ ਮਾਂ ਬਾਰੇ ਕੋਈ ਦੋ ਲਾਈਨਾਂ ਸੁਣਾ ਮਾਂ ਬਾਰੇ ਹਾਂ ਸੁਣਾ ਦੇ ਤੂੰ ਕਈ ਕਹਿੰਦੇ ਹਾਂ ਚਿਹਰਾ ਜਮਾਂ ਮਾਂ ਤੇਰੇ ਚਿਹਰੇ ਵਰਗਾ ਆ ਮੈਨੂੰ ਲੱਗਦਾ ਰਹਿੰਦਾ ਮਾਂ ਮੈਂ ਜਮਾਂ ਤੇਰੇ ਵਰਗਾ ਆ ਕਦੀ ਸੂਰਜ ਵਾਂਗੂ ਤਪਦਾ ਤੇ ਕਦੀ ਸ਼ਾਂਤ ਸਵੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾ ਆ ਹਨਾ ਕਦੀ ਖੁਸ਼ ਤੇ ਕਦੀ ਉਦਾਸ ਜਿਹਾ ਹੋ ਜਾਂਦਾ ਹਨਾ ਕੋਈ ਹੱਸ ਕੇ ਮਿਲ ਜਾਵੇ ਉਹਦੇ 'ਤੇ ਵਿਸ਼ਵਾਸ ਜਿਹਾ ਹੋ ਜਾਂਦਾ
ਤੇ ਮਾਂ ਤੇਰੇ ਚਿਹਰੇ ਵਰਗਾ ਹੈ ਕਹਿੰਦੇ ਸਿੱਧੂ ਗੱਲ ਲਿਖ ਕੇ ਗਿਆ ਆਪਣੇ ਦਿਲ ਦੀਆਂ ਗੱਲਾਂ ਹੀ ਲਿਖੀਆਂ ਉਹਨੇ ਗੀਤ ਤੁਸੀਂ ਮੈਂ ਦੱਸ ਸਕਦਾ ਸਿੱਧੂ ਮੂਸੇ ਵਾਲੇ ਬਾਈ ਦਾ ਕੋਈ ਤੋੜ ਤਾਂ ਹੈ ਨਹੀਂ ਸੀ ਪਰ ਤੁਸੀਂ ਸੋਚ ਕੇ ਦੇਖੋ ਜਿਸ ਬੰਦੇ ਨੇ ਆਪਣਾ ਫਿਊਚਰ ਲਿਖਿਆ ਸੀ ਮੋਰਲ ਫਿਊਚਰ ਹੀ ਹੁੰਦਾ ਉਹ ਆਪਣੀ ਕਾਲਮ ਦੇ ਵਿੱਚ ਲਿਖਿਆ ਸੀ ਹੈ ਨਾ ਮੈਂ ਸੋਚ ਨਹੀਂ ਸਕਦਾ ਕੋਈ ਲਿਖ ਸਕਦਾ ਕਿ ਕੱਲ ਉਹਦੇ ਨਾਲ ਕੀ ਹੋਣਾ ਕੀ ਨਹੀਂ ਹੋਣਾ ਹੈ ਨਾ ਗੋਲੀ ਵੱਜੀ ਹੋਊਗੀ ਗੋਲੀ ਵੱਜੀ ਮੁੱਕਿਆ ਨਹੀਂ ਸਾਰਿਆਂ ਦੇ ਬਾਹਾਂ ਦੇ ਟੈਟੂ ਆ ਹੈ ਨਾ ਮੁੱਕਿਆ ਨਹੀਂ ਹੱਲੇ ਵੀ ਨਾ ਹੀ ਉਹ ਮੁੱਕਣਾ ਆ ਲਾਸਟ ਰਾਈਟ ਗੀਤ ਵੀ ਗਾਇਆ ਤੇ ਲਾਸਟ ਰਾਈਟ ਗੀਤ ਵੀ ਗਾਇਆ ਹੈ ਨਾ ਗੱਭਰੂ ਦੇ ਚਿਹਰੇ ਉੱਤੇ ਨੂਰ ਦੱਸਦਾ ਨਹੀਂ ਇਹਦਾ ਉੱਠੂਗਾ ਜਵਾਨੀ ਵਿੱਚ ਜਨਾਜ਼ਾ ਵਲੀਏ ਤੇ ਜਾਣੀ ਕੋਈ ਮੈਂ ਕਹਿੰਦਾ ਏਦਾਂ ਲਿਖ ਨਹੀਂ ਸਕਦਾ ਚਲੋ ਲਿਖਦੇ ਸਾਰੇ ਵਧੀਆ ਸਾਰੇ ਕਲਾਕਾਰ ਵਧੀਆ ਸਾਰਿਆਂ ਨੂੰ ਤੇ ਪਰ ਜੋ ਆਪਣਾ ਕੋਈ ਫਿਊਚਰ ਲਿਖ ਨਹੀਂ ਸਕਦਾ ਪਰ ਉਹ ਬਾਈ ਵਰਗਾ ਹੈ ਨਹੀਂ ਉਹ ਬਾਈ ਜੇ ਹੈ ਨਾ ਕੋਈ ਥੱਲੇ ਉਹ ਬਾਈ ਅੱਗੇ ਲਿਆਉਂਦਾ ਹੀ ਹਰੇਕ ਆਪਣੇ ਬਾਰੇ ਦੱਸਿਆ ਕਹਿੰਦਾ ਭਾਜੀ ਮੈਂ ਸਿੱਧੂ ਮੂਸੇ ਵਾਲੇ ਬਾਈ ਕੋ ਗਿਆ ਸੀ ਮੈਂ ਉਹਦੀ ਪੇਂਟਿੰਗ ਬਣਾ ਕੇ ਕਹਿੰਦਾ ਮੇਰੀ ਉਹਨੇ ਰੀਲ ਸ਼ੇਅਰ ਜਿੱਦਾਂ ਮਤਲਬ ਸਟੋਰੀ ਪਾ ਦਿੱਤੀ ਸੀਗੀ ਆਪਣੇ ਪੇਜ ਤੇ ਕਹਿੰਦਾ ਮੇਰੇ ਰਾਤੋ ਰਾਤ 10K ਤੋਂ ਉੱਪਰ ਫੋਲੋਅਰ ਮੇਰੇ ਹੈ ਨਹੀਂ ਸੀ ਕਹਿੰਦਾ ਉੱਪਰ ਚੱਲ ਗਏ ਕਹਿੰਦਾ ਉਹ ਗੱਲ ਸੱਚ ਆ ਕਿ ਸਿਰ ਤੋਂ ਰੋਟੀ ਕਈਆਂ ਦੀ ਚੱਲਦੀ ਕਹਿੰਦਾ ਮੈਂ ਖੁਦ ਕਹਿਣ ਨੂੰ ਤਿਆਰ ਹਾਂ ਹਿੱਕ ਟੋਕ ਕੇ ਮੇਰੀ ਰੋਟੀ ਸਿੱਧੂ ਮੂਸੇ ਬਾਈ ਕਰਕੇ ਚੱਲੀ ਆ ਬਥੇਰਿਆਂ ਦੀ ਰੋਟੀ ਚਲਾਈ ਤੇ ਕਹਿੰਦਾ ਕਈ ਲੋਕ ਸੀ ਕੋ ਗਲਤ ਲੈ ਜਾਂਦੇ ਚਲੋ ਪਹਿਲਾਂ ਪਰ ਕਹਿੰਦਾ ਮੈਂ ਖੁਦ ਕਹਿੰਦਾ ਕਿ ਮੇਰੀ ਰੋਟੀ ਉਹਨਾਂ ਕਰਕੇ ਚੱਲੀ ਹੈ ਮੈਂ ਸੋਚ ਕੇ ਹੈਰਾਨ ਰਹਿ ਗਿਆ ਮੈਂ ਕਿਹਾ ਬਾਕੀ ਗੱਲਾਂ ਸੱਚ ਲਿਖੀਆਂ ਸੀ ਬਾਈ ਨੇ ਜੋ ਵੀ ਲਿਖੀਆਂ ਸੀ ਇੱਕੋ ਕਹਿੰਦੇ ਆ ਕਿ ਮਾਂ ਪਿਓ ਨੂੰ ਆਪਣੇ ਨੂੰ ਪਿਆਰ ਕਰੋ ਜਿੰਨਾ ਘਰ ਹੁੰਦਾ ਬੰਦਾ ਤਰੱਕੀ ਦੇ ਰਾਹ ਨੂੰ ਜਾਊਗਾ ਉਹ ਗੱਲ ਉਹਨਾਂ ਦੀ ਸੱਚ ਆ ਉਹ ਆਪਣੀ ਸਟੇਜ ਤੇ ਵੀ ਆਪਣੇ ਬਾਪੂ ਨੂੰ ਨਾਲ ਲੈ ਕੇ ਤੇ ਇੱਕ ਹੀ ਗੱਲ ਉਹ ਕਹਿੰਦਾ ਸੀ ਕਿ ਮੇਰਾ ਬਾਪੂ ਹੀ ਮੇਰਾ ਯਾਰ ਹੈ ਯਾਰ ਆ ਉਸ ਤੋਂ ਵੱਡਾ ਮਾਂ ਪਿਓ ਤੋਂ ਵੱਡਾ ਕੋਈ ਹੋ ਹੀ ਨਹੀਂ ਸਕਦਾ ਹਾਂਜੀ ਹਾਂਜੀ ਤੁਹਾਨੂੰ ਫਿਰ ਲੱਗਦਾ ਕਿ ਉਸ ਟਾਈਮ ਜਦੋਂ ਦਿਲ ਟੁੱਟਿਆ ਸੀ ਮਾਂ ਨਹੀਂ ਸੰਭਾਲਿਆ ਸੀ ਹਾਂਜੀ ਉਹ ਹੋਇਆ ਇੱਦਾਂ ਹੀ ਆ ਤੁਹਾਨੂੰ ਦੱਸਿਆ ਮੈਂ ਉਹੀ ਤੇ ਕਿ ਉਹ ਮਾਂ ਪੇ ਤੋਂ ਛੁੱਟ ਕੋਈ ਨਹੀਂ ਖੜਦਾ ਸਾਰੇ ਜਿੱਦਾਂ ਛੱਡ ਜਾਂਦੇ ਆ ਤੇ ਜਿੱਥੇ ਇਹ ਖੜਦੇ ਉੱਥੇ ਕੋਈ ਨਹੀਂ ਖੜਦਾ ਚਾਹੀਦਾ ਸਪੈਸ਼ਲ ਚਾਹੀਦਾ ਇਸ ਚੀਜ਼ ਤੋਂ ਬਚੋ ਨਸ਼ੇ ਪੱਤੇ ਤੋਂ ਬਚੋ ਤੇ ਆ ਦਿਲ ਦੁੱਲ ਤੋਂ ਬਚੋ ਸਭ ਤੋਂ ਵੱਡਾ ਨਸ਼ਾ ਤਾਂ ਇਹੀ ਆ ਜਿਹੜਾ ਦਿਲ ਲਾਉਂਦੇ ਆ ਦਿਲ ਚਲੋ ਲਾਉਣਾ ਵੀ ਆ ਪਿਆਰ ਕਰਨਾ ਚਲੋ ਬੰਦੇ ਦਾ ਹੋ ਜਾਂਦਾ ਤੇ ਉਹਦੇ ਵਿੱਚ ਇਹ ਨਾ ਸੋਚੋ ਕਿ ਇੱਕ ਦੂਜੇ ਨਾਲ ਬਸ ਗੱਲਾਂ ਹੀ ਕਰੀ ਜਾਈਏ ਦਿਨ ਰਾਤ ਉਹਦੇ ਵਿੱਚ ਇਹ ਕਰੋ ਕਿ ਚਾਹੇ ਕੁੜੀ ਆ ਚਾਹੇ ਮੁੰਡਾ ਆ ਉਹਨੂੰ ਇਹ ਕਹੋ ਕਿ ਯਾਰ ਜੇ ਤਾਂ ਆਪਾਂ ਗਾਂਹ ਵਧਣਾ ਆ ਪਹਿਲਾਂ ਹੀ ਗੱਲ ਕਰ ਲਓ ਹਨਾ ਤੇ ਫਿਰ ਤੈਨੂੰ ਆਪਣੇ ਤੇ ਫੋਕਸ ਦੇਣਾ ਪੈਣਾ ਆ ਕਿਉਂਕਿ ਜੇ ਤੂੰ ਕਾਮਯਾਬ ਹੋਊਗਾ ਤੂੰ ਆਪਣੀ ਫਿਰ ਆਪਣਾ ਵਿਆਹ ਹੋ ਜਾਊਗਾ ਗਾਂ ਆਪਣੀ ਲਾਈਫ ਸੈੱਟ ਹੋ ਜਾਊਗੀ ਜੇ ਆਪਾਂ ਕਹੀ ਜਾਈਏ ਕਿ ਗੱਲਾਂ ਹੀ ਕਰੀ ਜਾਈਏ ਬਸ ਹੋਟਲਾਂ 'ਚ ਲੈ ਕੇ ਘੁੰਮੀ ਜਾਈਏ ਜਿੱਦਾਂ ਮਤਲਬ ਆਪਣੇ ਫਿਲਮਾਂ ਫੁਲਮਾਂ ਦੇਖੀਏ ਉਹ ਫਿਰ ਉਹਦੇ ਵਿੱਚ ਦਿਲ ਟੁੱਟਦਾ ਫਿਰ ਉਹ ਗਲਤ ਗੱਲ ਆ ਨਾ ਅੱਜ ਪਿਆਰ ਦਾ ਮੋੜ ਸਾਰਿਆਂ ਨੇ ਗਲਤ ਦੇ ਦਿੱਤਾ ਜਿਹੜਾ ਪਿਆਰ ਆ ਨਾ ਉਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਪਿਆਰ ਅਸਲੀ ਉਹ ਆ ਜਿਹੜਾ ਆਪਣੇ ਪਾਰਟਨਰ ਦਾ ਹੱਥ ਫੜ ਕੇ ਉਹਨੂੰ ਫੀਲ ਕਰਨਾ ਨਾ ਕਿ ਹੋਟਲਾਂ ਲਈ ਜਾਣਾ ਉਹ ਪਿਆਰ ਨਹੀਂ ਹੈਗਾ ਪਿਆਰ ਉਹ ਅਸਲੀ ਆ ਕਿ ਨਾਲ ਪਾਰਟਨਰ ਬੈਠਾ ਹੋਵੇ ਬੰਦਾ ਇੱਦਾਂ ਕਹੇ ਕਿ ਸਾਰਾ ਜੱਗ ਜਿੱਤ ਲਿਆ ਕਿ ਇੱਦੋਂ ਵੱਡੀ ਖੂਬਸੂਰਤ ਚੀਜ਼ 'ਚ ਕੋਈ ਮਤਲਬ ਮੈਨੂੰ ਲੱਗਣੀ ਨਹੀਂ ਕਿ ਜਿੱਦਾਂ ਮੇਰਾ ਪਾਰਟਨਰ ਬੈਠਾ ਮੇਰੇ ਨਾਲ ਹੈ ਨਾ ਅੱਜ ਮੈਂ ਬਹੁਤ ਮਨ ਖੁਸ਼ੀ ਉਹ ਖੁਸ਼ੀ 'ਚ ਖੁਸ਼ੀ ਮਿਲਦੀ ਹੈ ਨਾ ਕਿ ਹੋਰ ਗਲਤ ਕੰਮਾਂ 'ਚ ਖੁਸ਼ੀ ਮਿਲਦੀ ਹੈ ਇੱਦਾਂ ਹੋਣੀ ਚਾਹੀਦੀ ਹੈ ਇਹ ਹੈ ਗੋਪੀ ਸਿਆਣਾ ਬਣ ਗਿਆ ਬਣਾਤਾ ਟਾਈਮ ਨੇ ਬਣਾਤਾ ਟਾਈਮ ਨੇ ਬਣਾਤਾ ਹਾਲਾਤਾਂ ਨੇ ਬਣਾਤਾ ਜਾਣੀ ਬਣਾਤਾ ਕਿਸੇ ਨਾ ਕਿਸੇ ਤਰੀਕੇ ਨਾਲ ਬਣਾਤਾ ਕੁਛ ਇਕੱਲਾ ਰਹਿ ਗਿਆ ਇਕੱਲਾ ਤੇ ਨਹੀਂ ਹੈ ਮਾਂ ਹੈਗੀ ਹੈ ਮਾਂ ਹੈਗੀ ਹੈ ਮਾਂ ਨੇ ਹੁਣ ਇਕੱਲੇ ਥੋੜੀ ਤੇ ਹੁਣ ਇੰਨੀ ਵੱਡੀ ਫੈਮਿਲੀ ਹੁਣ ਮੇਰੀਆਂ ਮਾਵਾਂ ਬਹੁਤ ਮੇਰੀਆਂ ਭੈਣਾਂ ਬਹੁਤ ਮੇਰੇ ਭਰਾ ਬਹੁਤ ਜ਼ਿਆਦਾ ਮਾਵਾਂ ਹੀ ਜੁੜੀਆਂ ਹੋਣੀਆਂ ਤੁਹਾਡੇ ਮਾਵਾਂ ਹੀ ਮਾਵਾਂ ਹੀ ਤੇ ਜਾਣੀ ਬਹੁਤ ਪਿਆਰ ਕਰਦੇ ਹੁਣ ਇੱਕ ਮੁੰਡੇ ਦਾ ਫੋਨ ਆਇਆ ਸੀ ਮੈਨੂੰ ਬੰਗਿਆਲ ਦਾ ਸੀਗਾ ਕਹਿੰਦਾ ਯਾਰ ਭਾਜੀ ਮੈਂ ਆਪਣੀ ਮੰਮੀ ਨੂੰ ਫੋਨ ਲੈ ਕੇ ਆਈਡੀ ਭਰ ਕੇ ਤੇਰੀ ਵਿੱਚ ਉਹ ਕਰਾ ਕੇ ਕਹਿੰਦਾ ਉਹਨੂੰ ਦੇ ਕੇ ਆਇਆ ਕਹਿੰਦਾ ਭਰਾਵਾ ਮੈਨੂੰ ਫੋਨ ਹੀ ਨਹੀਂ ਸੀ ਫੜਾਉਂਦੇ ਕਿ ਕਹਿੰਦੇ ਨਹੀਂ ਮੈਨੂੰ ਉਹਨਾਂ ਦੀਆਂ ਵੀਡੀਓ ਦਿਖਾਇਆ ਕਰਦੇ ਹਨ ਰਾਤ ਹੈਨਾ ਕਿ ਮੈਂ ਮੈਨੂੰ ਸੋਹਣੇ ਬਹੁਤ ਲੱਗਦੇ ਜਿੱਦਾਂ ਘਰੇ ਉਹਨਾਂ ਦੇ ਸਾਰਿਆਂ ਦਾ ਹੁੰਦਾ ਕਿ ਸਾਡੇ ਨਾਲ ਇੱਦਾਂ ਹੁੰਦੀ ਆ ਕਿ ਇੱਦਾਂ ਕਰਾਂ ਤੇ ਉਹ ਫਿਰ ਉਹ ਕਹਿੰਦਾ ਭਾਜੀ ਮੈਂ ਫੋਨ ਹੀ ਲੈਤਾ ਫਿਰ ਉਹਨਾਂ ਨੂੰ ਹੋਰ ਇੱਦਾਂ ਉਹਨਾਂ ਨੇ ਤੁਹਾਡੀ ਵੀਡੀਓ ਦੇਖਣੀ ਦੇਖਣੀ ਦਿਨ ਕਿ ਇੱਦਾਂ ਆ ਕਿ ਅਸੀਂ ਸਾਰਿਆਂ ਨੂੰ ਅਸੀਂ ਮੈਂ ਇਹੀ ਹੈ ਕਿ ਮੈਂ ਇਕੱਲਾ ਨਹੀਂ ਜੋ ਮੇਰੇ ਨਾਲ ਆ ਮੇਰਾ ਪਰਿਵਾਰ ਜਿਹੜਾ ਜੁੜਿਆ ਮੈਂ ਉਹ ਸਾਰਿਆਂ ਨੂੰ ਨਾਲ ਹੀ ਰੱਖਣਾ ਕਿ ਇਹ ਨਹੀਂ ਹੋਊਗਾ ਕਿ ਕੱਲ੍ਹ ਨੂੰ ਕਿ ਗੋਪੀ ਇੱਦਾਂ ਹੈ ਕਿ ਉੱਦਾਂ ਨਾ ਮੈਂ ਨਾਲ ਰੱਖਣਾ ਹਰੇਕ ਨੂੰ ਕਿਉਂਕਿ ਜੋ ਵੀ ਅੱਜ ਮੈਂ ਉਹਨਾਂ ਕਰਕੇ ਹਾਂ ਜਾਂ ਜੋ ਮੈਨੂੰ ਨਾ ਪਸੰਦ ਕਰਦੇ ਮੈਂ ਤਾਂ ਕੁਛ ਵੀ ਨਹੀਂ ਸੁਣਦੇ ਹੋ ਵੀ ਸਿੱਧੂ ਦੇ ਗਾਣੇ ਹਾਂਜੀ ਉਹ ਰੋਣ ਲੱਗ ਪਾਉਂਦੇ ਆ
जिदन रब ने मेनू कामयाब करता कहिंदे आ सानू बहुत जिदा मतलब कहिंदे किसे ने साथ नहीं दिता किसे ने साथ नहीं दिता मैं तुहानू दादा जे असी भुखे बैठे सी साडी मां नू पता ਕਿ ਭੁੱਖੇ ਬੈਠੇ ਸੀ ਮਾਂ ਮੇਰੀ ਨੇ ਜਿਹੜਾ ਬੰਨਿਆਂ ਦੇ ਉਹ ਤਾਂਦਲਾ ਜਿਹਾ ਜਿਹੜਾ ਹੁੰਦਾ ਨਾ ਉਹਦੇ ਤੋੜ ਤੋੜ ਪੱਤੇ ਜੇ ਮੈਂ ਦੱਸਾਂ ਨਾ ਰੋਣਾ ਆਉਂਦਾ ਉਹ ਤੜਕੇ ਲਾਏ ਹੋਆ ਪਾਣੀ ਦੇ ਤੜਕੇ ਲਾਏ ਹੋਆ ਘਰ ਸਾਡੇ ਖਾਣ ਨੂੰ ਰੋਟੀ ਵੀ ਨਹੀਂ ਹੁੰਦੀ ਸੀ ਕਿਸੇ ਟਾਈਮ ਭੁੱਖੇ ਵੀ ਸੌਂ ਜਾਣਾ ਅਤੇ ਕਿਸੇ ਨੇ ਆ ਕੇ ਬਾਂਹ ਨਹੀਂ ਸੀ ਫੜੀ ਮੈਮ ਨਾ ਅਤੇ ਉਹ ਟਾਈਮ ਅਸੀਂ ਇੱਦਾਂ ਦੇ ਦੇਖੇ ਆ ਸਾਡੇ ਮੈਮ ਬਾਥਰੂਮ 'ਤੇ ਛੱਤ ਨਹੀਂ ਸੀ ਹੁੰਦੀ ਅਤੇ ਇੱਕ ਜਣੇ ਨੇ ਇੱਦਾਂ ਖਾਣਾ ਅਤੇ ਫਿਰ ਅੰਦਰ ਨਹਾਉਣ ਜਾਂਦੇ ਹੁੰਦੇ ਸੀਗੇ ਅਤੇ ਫਿਰ ਸਾਡੇ ਘਰੇ ਪਾਣੀ ਦਾ ਨਲਕਾ ਵੀ ਨਹੀਂ ਹੁੰਦਾ ਸੀ ਅਤੇ ਇੱਕ ਨਲਕਾ ਜਿੱਥੇ ਲੱਗਾ ਹੁੰਦਾ ਸੀ ਉਹਦਾ ਹੈਂਡਲ ਲਾ ਲੈਂਦੇ ਸੀ ਇਹ ਨਹੀਂ ਪਾਣੀ ਭਰ ਭਰ ਕੇ ਖਰਾਬ ਕਰ ਦੇਣਾ ਮੈਂ ਸੋਚਦਾ ਚੀਜ਼ ਚਲਾਉਣ ਨਾਲ ਖਰਾਬ ਹੁੰਦੀ ਹੈ ਕਿ ਖੜੀ ਰਹਿਣ ਨਾਲ ਖਰਾਬ ਹੁੰਦੀ ਹੈ ਹੈ ਨਾ ਅਤੇ ਫਿਰ ਮੇਰੀ ਮੰਮੀ ਨੇ ਮਿਹਨਤਾਂ ਕਰਨੀਆਂ ਲਾ ਦਿਉ ਸਾਡੇ ਘਰੇ ਨਲਕਾ ਹੈ ਨਹੀਂ ਤੁਸੀਂ ਲਾ ਦਿਉ ਅਸੀਂ ਪਾਣੀ ਭਰਨਾ ਹੁੰਦਾ ਹੈ ਨਾ ਅਤੇ ਉਹ ਗੱਲਾਂ ਨਹੀਂ ਮੈਂ ਭੁੱਲਦੀਆਂ ਕਹਿੰਦੇ ਹੁੰਦੇ ਸਾਰਾ ਕੁਝ ਬੰਦੇ ਨੂੰ ਹੋ ਜਾਂਦਾ ਗੱਲਾਂ ਨਹੀਂ ਭੁੱਲਦੀਆਂ ਮਨ ਚ ਗੱਲਾਂ ਦਿਲ ਚ ਰੱਖ ਕੇ ਬੰਦਾ ਅੱਗੇ ਚੱਲ ਇਹ ਛੋਟਾ ਸੀ ਇਹਨੂੰ ਇਦਾਂ ਦੀਆਂ ਚੀਜ਼ਾਂ ਪਤਾ ਨਹੀਂ ਕਿਉਂਕਿ ਮੈਨੂੰ ਸਾਰਾ ਪਤਾ ਬਹੁਤ ਸ਼ਰੀਕੇ ਦੀਆਂ ਗੱਲਾਂ ਸੁਣੀਆਂ ਮੇਰੇ ਮਾਂ ਪਿਓ ਨੇ ਤਾਨੇ ਮੀਣੇ ਬਹੁਤ ਸੁਣੇ ਪਰ ਫਿਰ ਵੀ ਸਾਨੂੰ ਰੱਬ ਨੇ ਇੰਨੇ ਯੋਗਾ ਕਰਤਾ ਰੱਬ ਚੰਗਿਆਂ ਨਾਲ ਚੰਗਾ ਹੀ ਕਰਦਾ ਬਹੁਤ ਚੰਗਾ ਕਰਦਾ ਪਰ ਮੈਂ ਚਾਹੁੰਦਾ ਹਾਂ ਨਾ ਸਾਡੇ ਤੋਂ ਸਕੂਲ ਦੀ ਫੀਸ ਨਹੀਂ ਸੀ ਦੇ ਹੁੰਦੀ ਮੈਂ ਅੱਜ ਵੀ ਮੈਨੂੰ ਉਹ ਟਾਈਮ ਚੇਤੇ ਆ ਅਤੇ ਮੇਰੀ ਮਾਂ ਦਰਵਾਜ਼ੇ ਪਿੱਛੇ ਲੁਕ ਜਾਂਦੀ ਹੁੰਦੀ ਸੀ ਅਤੇ ਤੁਸੀਂ ਕਹਿ ਦਿਓ ਕਿ ਹੈ ਨਹੀਂ ਗੇ ਘਰੇ ਹੈ ਨਾ ਅਤੇ ਮੈਂ ਕਿਹਾ ਚੱਲ ਅਤੇ ਫਿਰ ਅਸੀਂ ਸਰਕਾਰੀ ਸਕੂਲੇ ਲੱਗੇ ਮੇਰਾ ਇਹ ਹੈ ਕਿ ਇੱਦਾਂ ਦੇ ਦਿਨ ਮਾੜੇ ਮਾੜੇ ਦੇਖੇ ਹੈ ਨਾ ਕਿ ਬਿਆਨ ਨਹੀਂ ਹੁੰਦੇ ਇਹ ਹੈ ਚੱਕਰ ਅਤੇ ਮੈਂ ਤਾਂ ਇਹੀ ਚਾਹੁੰਦਾ ਕਿ ਰੱਬ ਮੈਨੂੰ ਇੰਨਾ ਕਾਮਯਾਬ ਕਰ ਦੇਵੇ ਹੈ ਨਾ ਮੈਂ ਆਪਣੇ ਪਿੰਡ ਦੇ ਵਿੱਚ ਸਰਕਾਰੀ ਸਕੂਲ ਚਲੋ ਸਰਕਾਰਾਂ ਤੋਂ ਬੰਦਾ ਕੀ ਉਮੀਦ ਰੱਖੇ ਕੁਛ ਵੀ ਨਹੀਂ ਮੈਂ ਇੱਕ ਆਪਣਾ ਸਰਕਾਰੀ ਸਕੂਲ ਪਿੰਡ ਦਾ ਵਧੀਆ ਬਣਾਉਣਾ ਚਾਹੁੰਦਾ ਅਤੇ ਆਪਣੀਆਂ ਜਿਹੜੀਆਂ ਭੈਣਾਂ ਆ ਉਹਨਾਂ ਲਈ ਸਿਲਾਈ ਸੈਂਟਰ ਖੋਲ੍ਹਣਾ ਚਾਹੁੰਦਾ ਕਿਉਂਕਿ ਕਿਸੇ ਨੂੰ ਬਾਹਰ ਜਾਣ ਦੀ ਨਾ ਲੋੜ ਪਵੇ ਜਿੱਦਾਂ ਪਿੰਡੋਂ ਬਾਹਰ ਜਾ ਕੇ ਕੰਮ ਕਰਦੇ ਕਈ ਉਹਨਾਂ ਨੂੰ ਉਹ ਨਾ ਲੋੜ ਪਵੇ ਜਾਂ ਅੱਜ ਮੈਂ ਪੜ੍ਹਾਈ ਦੁੱਖੋਂ ਜਿੱਦਾਂ ਮਤਲਬ ਰਿਹਾ ਹੋਵਾਂ ਕਿ ਗਾਂਹ ਕੋਈ ਹੋਰ ਨਿਆਣਾ ਨਾ ਰਹੇ ਕਿ ਇੰਨਾ ਵਧੀਆ ਮੈਂ ਸਰਕਾਰੀ ਸਕੂਲ ਨੂੰ ਬਣਾ ਦੇਵਾਂ ਆਪਣੇ ਪਿੰਡ ਦੇ ਨੂੰ ਅਤੇ ਸਿਲਾਈ ਸੈਂਟਰ ਬਣਾਵਾਂ ਕਿ ਮੇਰੀਆਂ ਭੈਣਾਂ ਦੇ ਹੱਥ 'ਚ ਕੋਈ ਰੁਜ਼ਗਾਰ ਆਵੇ ਹੈ ਨਾ ਜੇ ਮੈਂ ਪਿੰਡ ਦਾ ਏਕਾ ਹੋਵੇ ਜੇ ਪਿੰਡ ਦੇ NRI ਚਾਹੁਣ ਤਾਂ ਉਹ ਆਪਣੇ ਪਿੰਡ ਨੂੰ ਬਹੁਤ ਸਾਂਭ ਸਕਦੇ ਆ ਏਕਾ ਕਰਕੇ ਪਰ ਪਿੰਡ ਤਾਂ ਉਹਨਾਂ ਦਾ ਵੀ ਨਹੀਂ ਸਾਥ ਦਿੰਦਾ ਜੋ ਕਰਨਾ ਚਾਹੁੰਦੇ ਹਾਂਜੀ ਇਹ ਆ ਸੀਗੇ ਸਾਡੇ ਪਿੰਡ ਹੁਣ ਇੱਦਾਂ ਹੋ ਜਾਂਦੀ ਹੈ ਸਾਰੇ ਮਾੜੇ ਨਹੀਂ ਮੇਰੇ ਨਾਲ ਦੇ ਨੂੰ ਵੀ ਜਿਹੜਾ ਸੰਧੂ ਭਰਾ ਮੇਰਾ ਉਹਨੂੰ ਕਈ ਟਿੱਚਰਾਂ ਕਰਦੇ ਆ ਕਿ ਤੂੰ ਕੀ ਨਾਲ ਕਰਨ ਜਾਂਦਾ ਤੇਰਾ ਕੀ ਰੋਲ ਆ ਜਿੱਦਾਂ ਉਹ ਕਹਿੰਦਾ ਯਾਰ ਮੈਂ ਸ਼ੁਰੂ ਤੋਂ ਉਹਨਾਂ ਦੇ ਨਾਲ ਆ ਨਾ ਉਹ ਤਾਂ ਚਲੋ ਅੱਜ ਆ ਇਹ ਆ ਹੁਣ ਉਹ ਸਾਡੇ ਪਿੰਡ ਦੇ ਟਿੱਚਰਾਂ ਕਰਦੇ ਆ ਉਹਨੂੰ ਤੁਸੀਂ ਇਹ ਸੋਚ ਕੇ ਦੇਖੋ ਏਦਾਂ ਆਹ ਪਿੰਡ ਦਾ ਮਾਹੌਲ ਆ ਹੁਣ ਅਸੀਂ ਇੱਕ ਕਮਰਾ ਬਣਾਉਂਦੇ ਆ ਪਿੱਛੇ ਹਾਂ ਪਿੰਡ ਦੇ ਕਹਿੰਦੇ ਆ ਆਫਿਸ ਆਪਣੇ ਹੀ ਬੰਦੇ ਕਹਿੰਦੇ ਆਫਿਸ ਤੇ ਆ ਆਪਣੇ ਹੀ ਆ ਰਿਸ਼ਤੇਦਾਰ ਲੋਕੀ ਨਹੀਂ ਜਰਦੇ ਕਿਸੇ ਦੀ ਕਮਾਈ ਕਮਾਈ ਦਾ ਮੈਮ ਅਸੀਂ ਕਰਦੇ ਨਹੀਂ ਲੋਕਾਂ ਦੀ ਮਦਦ ਕਰਦੇ ਚਲੋ ਰੱਬ ਲੋੜ ਤਾਂ ਕਿਸੇ ਦੇ ਪਾਵੇ ਨਾ ਕਹਿੰਦੇ ਹੁੰਦੇ ਆ ਹਨਾ ਮੈਨੂੰ ਆਹੀ ਗੱਲ ਅੱਧਾ ਰਹਿ ਜਾਣਾ ਜਦੋਂ ਸਾਡੇ ਕੋਲ ਪੈਸੇ ਨਹੀਂ ਹੋਣਗੇ ਕਰੀ ਦੀ ਆ ਇੱਦਾਂ ਆ ਉਹੀ ਕਹਿੰਦੇ ਹੁੰਦੇ ਆ ਕਹਿੰਦੇ ਹੁੰਦੇ ਮੰਗਣਾ ਬਹੁਤ ਔਖਾ ਆ ਕਿਸੇ ਤੋਂ ਮੰਗ ਕੇ ਦੇਖੋ 10 ਰੁਪਈਏ ਪਹਿਲਾਂ ਉਹਦੀਆਂ ਅੱਖਾਂ 'ਚ ਦੇਖੋ ਕੀ ਕਹਿੰਦੀਆਂ ਫਿਰ ਪਤਾ ਲੱਗਦਾ ਇਹ ਆ ਤਾਂ ਕਰਕੇ ਇਹੀ ਦੇ ਦੇਈਦੀ ਰੱਬ ਨਾ ਹੀ ਮੰਗਾਵੇ ਕਿਸੇ ਕੋਲੋਂ 10 ਰੁਪਈਏ ਵੀ ਅਤੇ ਹੁਣ ਇੱਕ ਕੋਈ ਗਾਣਾ ਵੀ ਸੁਣਾ ਦਿਓ ਨਹੀਂ ਤੂੰ ਸੁਣਾ ਮੰਨੀ ਸ਼ਾਇਰੀ ਸੁਣਾਏਗਾ ਤੁਸੀਂ ਗਾਣਾ ਸੁਣਾਓ ਚਲੋ ਫਿਰ ਆਪਾਂ ਕਰੀਏ ਖਤਮ ਇੰਟਰਵਿਊ ਜਲਦੀ ਕਰੋ।
ਗਾਣਾ ਤੇ ਚਲੋ ਇਹ ਸੁਣਾ ਦਿੰਦਾ ਇਹ ਨੀ ਹੁਣ ਜਾ ਬਾਅਦ ਸਟਾਰ ਬਣੂਗਾ ਫਿਕਰੇ ਕਿਉਂ ਕਰਦੀ ਏ ਤੇਰੇ ਬੋਲ ਸੀ ਕੌੜੇ ਖੂਨੇ ਵਾਲੇ ਖਾ ਜਾਂਦਾ ਹੁਣ ਜਦ ਮੈਨੂੰ ਤੇਰਾ ਚੇਤਾ ਆਉਂਦਾ ਏ ਨੀ ਬੇਕਦਰੇ ਤੇਰੀ ਬੇਵਫਾਈ ਦਾ ਅਹਿਸਾਸ ਕਰਾ ਜਾਂਦਾ ਹੈਗੀਆਂ ਦਿਲ ਚ ਗੱਲਾਂ ਦਿਲ ਦੀਆਂ ਦਿਲ ਚ ਹੀ ਰੱਖੀਆਂ ਆ ਚਲੋ ਛੱਡੋ ਹੁਣ ਤਾਂ ਗਈਆਂ ਆਈਆਂ ਦਿਲ ਦੁਲ ਦੀਆਂ ਗੱਲਾਂ ਹੁਣ ਤਾਂ ਆਪਣੀ ਮਾਂ ਨਾਲ ਰੋ ਉਹਨਾਂ ਵੱਲ ਧਿਆਨ ਦਿਓ ਰੱਬ ਮੇਰਾ ਕਹਿੰਦੇ ਹੁੰਦੇ ਆ ਕਿਸੇ ਨੇ ਰੱਬ ਨੂੰ ਦੇਖਿਆ ਨੀ ਮੈਂ ਦੇਖ ਲਿਆ ਰੱਬ ਪਾ ਵੀ ਲਿਆ ਦੇਖ ਵੀ ਲਿਆ ਤੇ ਉਹ ਮੇਰੇ ਮਾਂ ਪੇ ਆ ਕਿਉਂਕਿ ਸਾਨੂੰ ਤਾਂ ਕਹਿੰਦੇ ਗੁਰੂ ਪੀਰ ਵੀ ਸਾਰੇ ਇਹੀ ਸਮਝਾ ਕੇ ਗਏ ਆ ਕਿ ਤੁਹਾਡੇ ਮਾਂ ਰੱਬ ਤੁਹਾਡੇ ਅਸਲੀ ਮਾਂ ਪੇ ਆ ਰੱਬ ਮਾਂ ਪੇ ਆ ਉਹਨਾਂ ਦੀ ਪੂਜਾ ਕਰੂੰਗੇ ਉਹਨਾਂ ਦੀ ਸੇਵਾ ਕਰੂੰਗੇ ਅਸੀਂ ਖੁਸ਼ ਹਾਂ ਜੇ ਉਹਨਾਂ ਦੀ ਉਹਨਾਂ ਨੂੰ ਧੱਕੇ ਮਾਰਾਂਗੇ ਸਾਡੇ ਜਾ ਕੇ ਉੱਥੇ ਕੀ ਸੇਵਾ ਕਰਨ ਦਾ ਫਾਇਦਾ ਪਹਿਲਾਂ ਉਹਨਾਂ ਦੀ ਹੈ ਜਿਨ੍ਹਾਂ ਨੇ ਸਾਨੂੰ ਜਮਾਇਆ ਫਿਰ ਆਊਗਾ ਹਾਂ ਹੁਣ ਮੰਨੀ ਵੱਲੋਂ ਕੋਈ ਸ਼ਾਇਰੀ ਹੋ ਜਾਵੇ ਸ਼ਾਇਰੀ ਕੋਈ ਨਹੀਂ ਇਹੀ ਸੁਣਾ ਦਿੰਦੇ ਆ ਜਿਹੜਾ ਬਾਈ ਨੇ ਸੁਣਾਇਆ ਇਹਦਾ ਅਗਲਾ ਟੱਪਾ ਸੁਣਾ ਸ਼ਾਇਰੀ ਕਹਿੰਦਾ ਜਦ ਕੋਈ ਨਾਲ ਯਾਰ ਨਾਲ ਦੇ ਵਫਾਈਆਂ ਕਰਦੀ ਏ ਫਿਰ ਤੇਰਾ ਚੇਤਾ ਆ ਜਾਂਦਾ ਹੈ ਫਿਰ ਜਦ ਕੋਈ ਨਾਲ ਯਾਰ ਦੇ ਬੇਵਫਾਈਆਂ ਕਰਦੀ ਏ ਉਹਦੇ ਵੱਲ ਵੇਖ ਕੇ ਤੇਰਾ ਚੇਤਾ ਆ ਜਾਂਦਾ ਇਹ ਤਾਂ ਚਲਾਉਂਦਾ ਹੀ ਨਹੀਂ ਸੀ ਮੈਮ ਆਈਡੀ ਮੈਂ ਚਲਾਉਂਦਾ ਹੀ ਸੀ ਇਹਦਾ ਆਈਡੀ ਬੰਦ ਕੀਤੀ ਹੋਈ ਸੀ ਸਖਤੀ ਇੰਨੀ ਸਖਤ ਪੈਰੇ ਲੱਗੇ ਸੀ ਨਾ ਇਹਦੇ ਤਾਂ ਏਦਾਂ ਦਾ ਕੋਈ ਸੋਸ਼ਲ ਮੀਡੀਆ ਹੀ ਵਿਚਾਰੇ ਦਾ ਬੰਦ ਕੀਤਾ ਸੀ ਜਦੋਂ ਕਹਿੰਦੇ ਹੁੰਦੇ ਆ ਪਤਾ ਨਹੀਂ ਰੱਬ ਵੱਲੋਂ ਕੁਦਰਤੀ ਰੱਬ ਵੈਦ ਬਣਾਉਂਦਾ ਜਿੱਦਾਂ ਕਹਿੰਦੇ ਹੁੰਦੇ ਆ ਤੇ ਰੀਲ ਪਹਿਲੀ ਪਾਈ ਤੇ ਪਹਿਲੀ ਨੂੰ 5 ਮਿਲੀਅਨ ਆਇਆ 5.5 ਮਿਲੀਅਨ ਆਇਆ ਉਦੋਂ ਹੌਂਸਲਾ ਮਿਲਿਆ ਕਿ ਆਪਾਂ ਅੱਗੇ ਵੀ ਪਾਈਏ ਇਹ ਕਹਿੰਦਾ ਯਾਰ ਮਦ ਐਵੇਂ ਨਹੀਂ ਸੀ ਰੀਲ ਪਾਉਂਦਾ ਕਹਿੰਦਾ ਆਹ ਦੇਖ ਕਹਿੰਦਾ ਮੈਂ ਤਾਂ ਐਵੇਂ ਨਹੀਂ ਸੀ ਇੰਸਟਾਗ੍ਰਾਮ ਚਲਾਉਂਦਾ ਮੈਂ ਵੀ ਦੇਖਿਆ ਮਨੀ ਦੀ ਆਈਡੀ ਤੇ ਪੈਂਦੀਆਂ ਹਾਸੇ ਵਾਲੀ ਤੁਹਾਡੀ ਆਈਡੀ ਤੇ ਸਾਰੇ ਸੈਡ ਸੌਂਗਸ ਲਾ ਕੇ ਵੀਡੀਓ ਪਾਈਆਂ ਹੋਈਆਂ ਮੈਨੂੰ ਲੱਗਦਾ ਹੀ ਵਧੀਆ ਮੈਨੂੰ ਮਹਿਸੂਸ ਹੋ ਰਿਹਾ ਸੈਡ ਸੌਂਗ ਲਗਾ ਦਿੰਦਾ ਉਹ ਇੱਕ ਵਾਰ ਹੈ ਉੱਥੇ ਸਿੱਧੂ ਦੇ ਵੀ ਚੱਲਦੇ ਹੁੰਦੇ ਆ ਨਾ ਕਹਿੰਦਾ ਇੱਕ ਵਾਰ ਮੈਂ ਉੱਥੇ ਜਾਣਾ ਉਹ ਕਿਹੜੇ ਦੇਸ਼ ਵਿਆਹੀ ਇੱਕ ਵਾਰ ਮੈਂ ਉੱਥੇ ਜਾਣਾ ਦਿਲ ਮੇਰਾ ਹੱਲੇ ਕਿੰਨਾ ਕਮਲਾ ਹੱਲੇ ਵੀ ਆਖੀ ਜਾਂਦਾ ਇੱਕ ਵਾਰ ਹੈ ਉੱਥੇ ਜਾਣਾ ਉਹ ਜਿਹੜੇ ਮੁਲਕ ਵਿਆਹੀ ਜਾਣਾ ਉੱਥੇ ਨਹੀਂ ਨਹੀਂ ਲਾਈਫ ਤੇ ਫੋਕਸ ਦੋ ਚਾਹੇ ਇਹ ਨੀ ਕਿ ਕੁੜੀ ਹੈ ਚਾਹੇ ਕੁੜੀ ਹੈ ਚਾਹੇ ਮੁੰਡਾ ਹੈ ਮੈਂ ਇਹ ਨੀ ਕਹਿੰਦਾ ਕਿ ਕੁੜੀਆਂ ਹੀ ਗਲਤ ਆ ਮੁੰਡੇ ਵੀ ਗਲਤ ਆ ਮੁੰਡੇ ਹੈਗੇ ਆ ਬਹੁਤ ਆ ਜਾ ਕੇ ਬਾਹਰ ਛੱਡਦੀਆਂ ਜਾਂ ਇੱਧਰ ਛੱਡਦੀਆਂ ਜ਼ਰੂਰੀ ਨੀ ਕਿ ਬਾਹਰ ਹੀ ਛੱਡਦੀਆਂ ਇੱਧਰ ਵੀ ਛੱਡ ਦਿੰਦੇ ਮੁੰਡੇ ਵੀ ਸੇਮ ਇੱਦਾਂ ਹੀ ਆ ਠੀਕ ਹੈ ਮੁੰਡੇ ਵੀ ਇੱਦਾਂ ਹੀ ਕਰਦੇ ਆ ਮੈਂ ਤਾਂ ਆਪਣੀ ਦੱਸੀ ਕਿ ਮੇਰੇ ਨਾਲ ਤਾਂ ਹੋਈ ਆ ਪਰ ਕੁੜੀਆਂ ਨਾਲ ਵੀ ਹੁੰਦੀ ਆ ਕਿ ਬਾਹਰ ਜਾ ਕੇ ਮੁੰਡੇ ਸਾਨੂੰ ਪਤਾ ਜਿਹੜਾ ਬਦਲ ਜਾਂਦਾ ਹਰੇਕ ਕੋਈ ਪਰ ਇਹ ਮਾਹੌਲ ਤੋਂ ਬਚੋ ਤੇ ਆਪਣੇ ਮਾਂ ਪਿਓ ਦੀ ਇੱਜ਼ਤ ਕਰੋ ਤੇ ਬਾਹਰ ਜਾ ਕੇ ਇਹ ਇੱਕ ਆਹ ਮੁੰਡਿਆਂ ਨੂੰ ਮੈਸੇਜ ਆ ਜਿਹੜੇ ਬਾਹਰ ਚੱਲ ਜਾਂਦੇ ਆਪਣੀਆਂ ਘਰ ਵਾਲੀਆਂ ਦੇ ਮਗਰ ਲਾ ਕੇ ਆਪਣੇ ਮਾਂ ਪਿਓ ਨੂੰ ਭੁੱਲਦੇ ਆ ਹਨਾ ਉਹ ਕੰਮ ਨਾ ਕਰੋ ਯਾਰ ਆਪਣੇ ਮਾਂ ਪਿਓ ਦਾ ਖਿਆਲ ਰੱਖੋ ਆਪਣੇ ਮਾਂ ਪਿਓ ਦੇ ਨਾਲ ਰਹੋ ਬਾਹਰ ਜਾ ਕੇ ਇਹ ਨੀ ਕਿ ਮੈਂ ਵੱਖਰਾ ਘਰ ਲੈ ਲਿਆ ਮਾਂ ਤੇ ਭੈਣ ਵੱਖਰਾ ਰਹੀ ਜਾਂਦੇ ਆ ਏਦਾਂ ਦਾ ਕੰਮ ਨਾ ਕੋਈ ਕਿਉਂਕਿ ਮੈਮ ਜਿਹੜੀ ਆਹ 5 ਉਂਗਲਾਂ ਹੈ ਨਾ ਜੇ ਆਹ 5 ਚ ਜੇ ਆ ਬਹਿ ਜੂਗਾ ਕੁਛ ਨੀ ਕਰ ਸਕਦੀ ਜੇ ਆਹ 5 ਖੜੀਆਂ ਇਹਨਾਂ ਨਾਲ ਕੁਛ ਵੀ ਕਰ ਸਕਦੇ ਆ ਸਾਰੇ ਰਿਸ਼ਤੇ ਜ਼ਰੂਰੀ ਬੰਦਿਆਂ ਨੂੰ ਤਾਂ ਬਹੁਤ ਸੌਖਾ ਲੱਗਦਾ ਜਦੋਂ ਮਾਂ ਜਦੋਂ ਹਨਾ ਮਾਂ ਦਾ ਜਿਹੜਾ ਦੂਜਾ ਜਨਮ ਹੁੰਦਾ ਜਦੋਂ ਨਿਆਣਾ ਹੁੰਦਾ ਆ ਉਹ ਦੂਸਰਾ ਜਨਮ ਖਿੱਚਦੇ ਆ ਇੱਕ ਵਾਰੀ ਹਨਾ ਜੇ ਇਹ ਬੰਦੇ ਸੋਚਦੇ ਅਸੀਂ ਅਲੱਗ ਰਹਿੰਦੇ ਹਾਂ ਇਹਨਾਂ ਦੇ ਨਾਲ ਜਦੋਂ ਇਹਨਾਂ ਦੀਆਂ ਨਾੜਾਂ ਖਿੱਚੋ ਹੋਣਾ ਨਾ ਇਹਨਾਂ ਨੂੰ ਪਤਾ ਲੱਗੇ ਕਿ ਮਾਂ ਕੀ ਦਰਦ ਸਹਿ ਕੇ ਤੁਹਾਨੂੰ ਕਿੱਦਾਂ ਜਮਾਇਆ ਗੋਲ ਚੱਕੀ ਆ ਘੁੰਮ ਕੇ ਆਉਣੀ 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 ਚਾਹੇ ਅੱਜ ਆ ਜਾਵੇ ਚਾਹੇ ਕੱਲ ਨੂੰ ਆ ਜਾਵੇ ਬੰਦਾ ਸੋਚਦਾ ਨੀ ਫੇਰ ਬੰਦਾ ਸੋਚੇ ਕਿ ਹਾਂ ਮੈਂ ਉਹ ਉੱਥੇ ਏਦਾਂ ਕੀਤੀ ਹੈ ਕਿ ਏਦਾਂ ਘੁੰਮ ਕੇ ਆਉਂਦੀ ਹੈ ਟਾਈਮ ਤੁਹਾਡਾ ਜ਼ਿਆਦਾ ਲੈ ਲਿਆ ਬਸ ਧਿਆਨ ਰੱਖੋ ਆਪਣਾ ਭਰਾ ਤੇ ਖੁਸ਼ ਰਹੋ ਜਿੰਨੀਆਂ ਵੀ ਖੁਸ਼ ਰਹੋ ਬਸ ਇਹੀ ਆ ਮੈਸੇਜ ਬਹੁਤ ਵਧੀਆ ਲੱਗਿਆ ਗੱਲ ਕਰਕੇ ਇਮੋਸ਼ਨਲ ਵੀ ਹੋ ਗਏ ਹਾਸੇ ਵਾਲੀ ਵੀ ਹੋ ਗਈ ਤਾਂ ਰੱਬ ਤੁਹਾਨੂੰ ਜ਼ਰੂਰ ਤਰੱਕੀਆਂ ਦੇਗਾ ਤੁਸੀਂ ਲੋਕਾਂ ਨੂੰ ਸਾਰੇ ਲੋਕੀ ਤੁਹਾਨੂੰ ਦੁਆਵਾਂ ਦਿੰਦੇ ਆ ਤਾਂ ਜ਼ਰੂਰ ਤਰੱਕੀਆਂ ਮਾਂ ਦੇ ਸੁਪਨੇ ਪੂਰੇ ਕਰਨੇ ਹਜੇ ਬਹੁਤ ਬਹੁਤ ਵਧੀਆ ਲੱਗਿਆ ਧੰਨਵਾਦ ਤਾਂ ਇਹ ਸੀ ਸਾਡੇ ਨਾਲ ਮਨੀ ਸ਼ੋਕਰ ਤੇ ਗੋਪੀ ਸ਼ੋਕਰ ਜਿਨ੍ਹਾਂ ਨੂੰ ਇੰਸਟਾਗ੍ਰਾਮ ਉੱਤੇ ਵੀ ਬਹੁਤ ਪਿਆਰ ਦਿੱਤਾ ਜਾਂਦਾ ਹੈ ਤੇ ਕੱਲ੍ਹ ਨੂੰ ਇਹਨਾਂ ਦਾ ਗੀਤ ਵੀ ਰਿਲੀਜ਼ ਹੋ ਰਿਹਾ ਹੈ ਉਹਨੂੰ ਵੀ ਤੁਸੀਂ ਬਹੁਤ ਸਾਰਾ ਪਿਆਰ ਦਿਓ ਤੇ ਹੋਰ ਨਵੇਂ ਨਵੇਂ ਅਪਡੇਟਸ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ
ਕੈਮਰਾ ਪਰਸਨ ਸ਼ਾਹ ਨਿਵਾਸ ਤੇ ਸੁਖਵਿੰਦਰ ਦੇ ਨਾਲ ਹਰਪ੍ਰੀਤ ਕੌਰ।